ਜੀ ਅਸਲਾਮੁਅਲੈਕੁਮ ਸਾਜੀ ਕੀ ਆਲੈਨ ਤੁਹਾਡੇ ਠੀਕ ਠਾਕ ਹੋ ਫਿਟ ਫਾਟ ਹੋ ਸਿਹਤ ਤਬੀਅਤ ਠੀਕ ਹੈ ਤੁਹਾਡੀ ਜੀ ਜੀ ਵਾਲੇਕੁਮ ਅਸਲਾਮ ਰਾਜ ਸਿੰਘ ਮਾਲਕ ਕੇ ਕੈਨਾ ਦੀ ਬੜੀ ਜੀ ਕਰਮ ਨਵਾਜ਼ੀ ਅਲ ਹਮਦੁਲਿਲਾ ਕਿ ਉਸ ਹਯਾਤੀ ਦੇ ਜਿਹੜੇ ਸਿਲਸਲੇ ਨੇ ਉਹਨਾਂ ਨੂੰ ਟੁਰਦਾ ਪਿਆ ਸਾਵਾ ਦਾ ਸੰਗ ਸਲਾਮਤ ਸ਼ੁਕਰ ਸ਼ੁਕਰ ਹੈ ਔਰ ਜਨਾਬ ਕੈਂਪਸ ਰੇਡੀਓ ਐਫ ਐਮ 98.2 ਜਾਮੀਆ ਸਰਗੋਧਾ ਤੇ ਤੁਹਾਡੀ ਆਪਣੀ ਰਹਿਤਲ ਤੁਹਾਡੇ ਆਪਣੇ ਵਸੇਬ ਦਾ ਨਮੰਦਾ ਪ੍ਰੋਗਰਾਮ ਲੋਕ ਰਤ ਲੈ ਕੇ ਤੁਹਾਡੇ ਆਪਣੇ ਮੂਮਿਨ ਸ਼ਾਹ ਤੇ ਇਜਾਜ਼ ਰਾਜ ਹਾਜ਼ਰ ਖਿਦਮਤਿਨ ਸਮਾਂ ਲੋਕ ਰਤ ਦੀ ਸਾਰੀ ਟੀਮ ਦੀ ਤਰਫੋਂ ਤੇ ਸਾਡੇ ਦੋਵਾਂ ਦੀ ਤਰਫੋਂ ਆਪਣੇ ਸੋਹਣੀਆਂ ਤੇ ਸੁੱਚੀਆਂ ਸਮਾਤਾਂ ਰੱਖਣ ਵਾਲੇ ਆਪਣੇ ਸੋਹਣੇ ਮਨਮੋਹਣੇ ਮਨਭਾਵਣੇ ਸਜਣਾ ਤੇ ਬੇਲੀਆਂ ਨੂੰ ਨਿਹਾਇਤ ਮੁਹੱਬਤ ਭਰਿਆ ਸਲਾਮ ਦੁਆਏ ਕਿ ਹਰ ਆਉਣ ਵਾਲਾ ਦਿਨ ਤੁਹਾਡੇ ਵਾਸਤੇ ਢੇਰ ਸਾਰੀਆਂ ਖੁਸ਼ੀਆਂ ਔਰ ਆਸਾਨੀਆਂ ਲੈ ਕੇ ਆਵੇ ਸਮੈਂ ਸਾਡੇ ਤੇ ਆਪਣੇ ਸਾਂਝੇ ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰਨ ਵਾਸਤੇ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨ ਵਾਸਤੇ ਇਸ ਪ੍ਰੋਗਰਾਮ ਨੂੰ ਆਪਣੇ ਸੱਜਣਾਂ ਤਾਈ ਪਹੁੰਚਾਉਣ ਵਾਸਤੇ ਸਾਡਾ ਫੋਨ ਨੰਬਰ ਨੋਟ ਕਰ ਲਓ ਸਾਡਾ ਫੋਨ ਨੰਬਰ ਹੈ 048923798 ਦੁਬਾਰਾ ਫੋਨ ਸੁਣ ਲਓ 048923798 ਔਰ ਹਸਬੇ ਰਵਾਇਤ ਮਿਲਾਉਣ ਦਾ ਤਰੀਕਾ ਹੈ ਕਿ ਅਗਰ ਆਪਣੇ ਮੋਬਾਈਲ ਸੈਟ ਤੋਂ या सरगोदा शहर तो इलावा किसी शहर तो तर नंबर डायल कर सो तो सिफर अड़ताली कोड लाजमी है यानी पूरा नंबर तो मिले सौ तो सिफर अड़ताली बानवे त्रीह सत्त सौ अठानवे और अगर तो एन टी सी या पी टी सी एल सैटे घर में मौजूद है और तु सरगौोदा के रिहायशी हो उत तो उत्त सिर्फ ब बानवे त्री सत्त सौ अठानवे मिला के ਤੁਸਾਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ ਔਰ ਬਰਾਏ ਰਾਸਤ ਸਾਡੀ ਗੁਫ਼ਤਗੂ ਦਾ ਹਿੱਸਾ ਬਣ ਸਕਦੇ ਹੋ ਔਰ ਆਪਣੇ ਖੂਬਸੂਰਤ ਵਿਚਾਰ ਸਾਡੇ ਤਾਂ ਹੀ ਤੇ ਆਪਣੇ ਸੋਹਣਿਆ ਸਜਣਾ ਤਾਂ ਹੀ ਪਹੁੰਚਾ ਸਕਦੇ ਹੋ ਫੋਨ ਕੀਤਾ ਕਰੋ ਤੁਹਾਡੇ ਫੋਨਾਂ ਦੀਆਂ ਸੰ ਉਡੀਕਾਂ ਰਾਂਦੀਆਂ ਔਰ ਤੁਹਾਡੀਆਂ ਖੂਬਸੂਰਤ ਗੱਲਾਂ ਬਾਤਾਂ ਮਿਠੜੀਆਂ ਤੁਹਾਡੀਆਂ ਜਿਹੜੀਆਂ ਬੋਲੀ ਪੰਜਾਬੀ ਦੀਆਂ ਗੱਲਾਂ ਇਹਨਾਂ ਦੀਆਂ ਸੰ ਸਦਰਾਂ ਤੇ ਸਿੱਕਾਂ ਰਾਂਦੀਆਂ ਔਰ ਸੰ ਬੜੀ ਖੁਸ਼ੀ ਹੁੰਦੀ ਹੈ ਜਦਾਂ ਤੁਸੀਂ ਸਾਡਾ ਫੋਨ ਕਰਦੇ ਹੋ ਸਜਿਸ ਤੋਂ ਇਲਾਵਾ ਆਪਣਾ ਸਾਡਾ ਪੇਜ ਕੈਂਪਸ ਰੇਡੀਓ ਐਫ ਐਮ 98.2 ਸਰਗੋਦਾ ਯੂਨੀਵਰਸਿਟੀ ਤੇ ਇਸ ਦੇ ਉੱਤੇ ਤੁਸੀਂ ਇਸ ਪੇਜ ਤੇ ਜਾ ਕੇ ਇਸ ਨੂੰ ਲਾਈਕ ਕਰੋ ਔਰ ਇਸ ਨੂੰ ਸ਼ੇਅਰ ਕਰੋ ਔਰ ਜਿੰਨਾ ਹੋ ਸਕੇ ਆਪਣੇ ਸਜਣਾ ਤੇ ਬੇਲੀਆਂ ਤਾਂ ਸਾਡਾ ਪ੍ਰੋਗਰਾਮ ਜਿਹੜਾ ਹੈ ਲੋਕ ਰਤਲ ਤੁਹਾਡੇ ਆਪਣੇ ਵਸਬੇ ਦਾ ਪ੍ਰੋਗਰਾਮ ਹੈ ਜੀ ਇਹ ਜਨਬ ਪਹੁੰਚਾਓ ਔਰ ਇਸ ਨੂੰ ਆਪਣੇ ਦੋਸਤਾਂ ਤਾਂ ਸਾਡੀ ਗੱਲ ਬਾਤ ਹੋਰ ਆਪਣੀ ਗੱਲ ਬਾਤ ਅਗਰ ਫੋਨ ਕਰੋ ਤਾਂ ਤੁਸ ਜਨਾ ਪਹੁੰਚਾਓ ਜੀ ਸ਼ਾਹ ਸਾਹਿਬ ਸਭ ਤੋਂ ਪਹਿਲੇ ਤੇ ਮੈਂ উম্মਤ ਮੁਸਲਮਾਨ हूं अजुके ਦਿਹਾੜੇ ਦੀ ਠੇਰ ਮੁਬਾਰਕ ਬਾਤ ਜੀ ਮੇਰੀ ਤਰਫੋਂ ਵੀ ਜੀ ਸ਼ਾਮ ਦੇ ਅਜ਼ਾਨ ਤੋਂ ਬਾਅਦ ਰجب ਦੀ 27 ਜਿਹੜੀ ਉਹ ਸ਼ੁਰੂ ਹੋ ਚੁੱਕੀ ਇਹ ਜਗ੍ਹਾ ਲੈ ਕਿਉਂਕਿ ਸਾਡਾ ਜਿਹੜਾ ਮذਬੀ ਮਾਮਲਾ ਹੈ ਜਿਤ ਵੇਲੇ ਅਸੀਂ ਰੋਜ਼ਾ ਖੋਲਣਾ ਰਮਜ਼ਾਨ ਸ਼ਰੀਫ ਤੇ ਜੀ ਬਿਲਕੁਲ ਅਜ਼ਾਨ ਦੇ ਵੇਲੇ ਉਹ ਡੇਟ ਤਬਦੀਲ ਹੋ ਜਾਂਦੀ ਹੈ ਬਿਲਕੁਲ ਅੰਗਰੇਜ਼ੀ ਤੇ ਰਾਤੀ 12 ਵਜੇ ਵਾਂਝ ਬਦਲੀ ਹੁੰਦੀ ਹੈ ਇੰਜੇ ਗੱਲ ਔਰ ਇਸ ਵੇਲੇ 27 ਰਜਬ ਜਿਹੜੀ ਹੈ ਜਾਰੀ ਹੈ ਔਰ ਇਹ ਜਿਹੜਾ ਹੈ ਨਾ ਦਿਹਾੜਾ ਮੇਰੇ ਕਰੀਮ ਮਾਲਕ ਨੇ ਜਿਸ ਦੀ ਖਾਤਰ ਪੂਰੀ ਕਾਇਨਾਤ ਤਖਲੀਕ ਕੀਤੀ ਹੈ ਜੀ ਬਿਲਕੁਲ ਇੱਕ ਰਾਤ ਤੇ ਸਾਲ 18 ਬਿਲਕੁਲ ਜਨਾਬ ਔਰ ਅਜੋਕੇ ਦਿਹਾੜੇ ਦੇ ਬਾਰੇ ਵਿੱਚ ਤੁਸੀਂ ਜਿੰਨੇ ਕੁਝ ਵਿਚਾਰ ਕਰ ਸਕਦੇ ਹੋ ਜਿਤਨੀਆਂ ਮੁਹੱਬਤਾਂ ਦਾ ਇਜ਼ਹਾਰ ਕਰ ਸਕਦੇ ਹੋ ਇਹ ਮੇਰੇ ਖਿਆਲ ਇਹ ਨਾ ਤਾਂ ਕਿਸੇ ਤੇ ਦਾਨ ਹੀ ਨੇ ਬਿਲਕੁਲ ਨਹੀਂ ਨਾ ਕਿਸੇ ਤੇ ਇਸ਼ਾਨ ਹੀ ਨੇ ਇਹ ਤੁਸੀਂ ਆਪਣੀ ਆਕਬਤ ਦਾ ਔਰ ਅੱਜ ਅਸ਼ਾ ਜੀ ਉਹ ਦਿਹਾੜਾ ਹੈ ਜੀ ਹਾਂ ਜਿਸ ਦਿਹਾੜੇ ਤੁਹਾਡਾ ਜਿਹੜਾ ਮੇਰੇ ਰੱਬ ਜੀ ਹਾਂ ਤੇ ਸਾਡੇ ਸੋਹਣੇ ਨਬੀ ਉਹ ਨਬੇ ਕੇ ਤੇ ਸਾਡੇ ਜਿਹੜੀ ਜ਼ਬਤ ਹੈ ਹਿਆਤ ਜਿਹੜੀ ਨਾ ਉਹ ਬਹਿ ਕੇ ਜਨਾਬ ਉਸਦੇ ਕਾਨੂੰਨ ਵਾਜ਼ੇ ਕੀਤੇ ਨਾ ਉਹ ਸਾਰਾ ਕੁਝ ਨਿਜ਼ਾਮ ਜਿਹੜਾ ਹੈ ਨਾ ਉਹ ਤੈ ਹੋਇਆ ਬਹਿ ਕੇ ਅੰਜ ਅੰਜ ਜਾ ਕੇ ਤੁਹਾਡੀਆਂ ਨਮਾਜ਼ਾਂ ਤੁਹਾਡੇ ਰੋਜ਼ੇ ਤੁਹਾਡੇ ਹੱਜ ਜ਼ਕਾਤਾਂ ਤੁਹਾਡਾ ਇਸਲਾਮ ਦੇ ਜਿਹੜੇ ਰੁਕਨ ਤੱਕ ਜਿਹੜੇ ਨਾ ਇਸ ਰਾਤ ਨੂੰ ਤੈ ਹੋਏ ਇਲਤਾਫ ਪਰਵਾਣਾ ਜੀ ਜੀ ਇਹ ਬੜਾ ਇੱਕ ਸਾਡੇ ਚੰਗ ਦਾਕ ਬੜਾ ਚੰਗ ਦਾਕ ਬੜਾ ਵੱਡਾ ਨਾਮ ਹੈ ਪੰਜਾਬੀ ادب ਦੇ ਵਿੱਚ ਉਹਨਾਂ ਦਾ ਇੱਕ ਸ਼ੇਰ ਮੇਰੇ ਜ਼ਿਹਨ ਵਿੱਚ ਆ ਗਿਆ ਜੀ ਜੀ ਕਹੀ ਕਾ ਗੱਲ ਪੁੱਛਦਾ ਤੈਨੂੰ ਰੱਬ ਸਾਈਆਂ ਮੈਨੂੰ ਹੋਰ ਇਤਰਾਜ਼ ਤੇ ਕੋਈ ਨਹੀਂ ਹੂੰ ਦੋੜਾ ਲਿਖਣ ਵਾਲਾ ਸ਼ਾਇਰ ਹੈ ਅੱਛਾ ਤੇ ਚੰਗਾ ਠੁਕਮਾ ਜ਼ਹਿਰ ਹੈ ਜਨਾਬ ਤੇ ਉਸ ਆਪਣੀ ਵੇਖੋ ਨਾ ਅੱਲਾ ਪਾਕ ਦੀ ਜ਼ਾਤ ਦੇ ਨਾਲ ਵੇਖੋ ਕਿੱਡਾ ਮੁਹੱਬਤ ਦੇ ਨਾਲ ਸ਼ਿਕਵਾ ਕੀਤਾ ਬਿਲਕੁਲ ਤੇ ਮੈਂ ਪੁੱਛਿਆ ਨਾ ਕਿ ਇਲਤਾਫ ਸਨਤਾਫੋ ਭਾਈ ਜਾਨ ਕਿਉਂਕਿ ਮੇਰੇ ਉਸਤਾਦਾਂ ਦੇ ਬੜੇ ਕਰੀਬ ਦੇ ਦੋਸਤਾਂ شمار ਹੁੰਦੇ ਆ ਉਸ الزاويه ਨਾਲ ਅਗਰ ਚਾਚਾ ਜੀ ਵੀ ਆਖਿਆ ਜਾਵੇ ਤੇ ਜਾਇਜ਼ ਜੀ ਬਿਲਕੁਲ ਤੇ ਮੈਂ ਆਖਿਆ ਕਿ ਤਾਫੂ ਭਾਈ ਬੈਨ ਤੁਸੀਂ ਇਹ ਦੱਸੋ ਕਿ ਤੁਸੀਂ ਸ਼ੇਰ ਜਿਹੜਾ ਲਿਖਿਆ ਇਹਦੇ ਬਾਰੇ ਚ ਮੈਨੂੰ ਦੱਸੋ ਤੋ ਨਾ ਕਪੜੋ ਤੇ ਇੱਕ ਵਾਰੀ ਸ਼ੇਰ ਦਾ ਸਵਾਦ ਲੈਣਾ ਅੱਛਾ ਸੁਣਾਇਆ ਜਿਸ ਵਲੇ ਸ਼ੇਰ ਦੇ ਵਿੱਚ ਵੜਸੇ ਤੈਨੂੰ ਹੌਸੀ ਚਸ ਅੱਛਾ ਮੈਂ ਕਿਹਾ ਯਾਰ ਤੂੰ ਤੇ ਅੱਲਾਹ ਪਾਕ ਤੇ ਨਾ ਸ਼ਿਕਵੇ ਪਿਆ ਕਰ ਨਾ ਮੈਂ ਕਿਹਾ ਨਹੀਂ ਲੜਾਈਆਂ ਰੰਜਕੀਆਂ ਗੁੱਸਾ ਨਰਾਜ਼ਗੀ ਹਮੇਸ਼ਾ ਆਪਣੇ ਨਾਲ ਇੰਜ ਕਰ ਲਿਆ ਜਨਾਬ ਤੇ ਮੈਂ ਕਵਾਤ اظہار ਕਰਦੇ ਉਸ ਜਿਹੜੇ اظہار ਕੀਤਾ ਕਿ ਇੱਕ ਗੱਲ ਪੁੱਛਣਾ ਤੈਨੂੰ ਰੱਬ ਅਕਬਰ ਮੈਨੂੰ ਹੋਰ ਇਤਰਾਜ਼ ਤੇ ਕੋਈ ਨਹੀਂ ਹਮ ਕੱਲ ਲੈ ਲੀ ਜੀ ਹੈਲੋ ਜੀ ਵਾਲੇकुम अस्ਸਲਾਮ ਜਨਾਬ ਰਾਜ ਸਾਹਿਬ ਔਰ ਮੁਮਨ ਸਾਹਿਬ ਸਾਹਿਬ ਸਤਿ ਸ਼੍ਰੀ ਅਕਾਲ ਜੀ ਸ਼ੁਕਰ ਕੌਣ ਤੇ ਕਿੱਥੋਂ ਮੇਰਾ ਵੀਰ ਬੋਲ ਰਿਹਾ ਹੈ ਜੀ ਨਾਮ ਮੁਮਨ ਜ਼ਫਰ ਬਹੁਤ ਜ਼ਫਰਲਾ ਚੌਕ ਤੋਂ ਬੋਲ ਰਹਾ ਜੀ ਜਨਾਬ ਜ਼ਫਰ ਜੀ ਆਇਆਂ ਨੂੰ ਜੀਓ ਅੱਛਾ ਰਾਈ ਸਾਹਿਬ ਤੁਸੀਂ ਜਦੋਂ ਵੀ ਕੋਈ ਖਾਨ ਜਾਂ ਕੋਈ ਬਸਨ ਪੁਰਾਣੀ ਸ਼ਾਂ ਲੱਗਦੇ ਹੋ ਤੇ ਕਾਲ ਆ ਜਾਂਦੀ ਦਰਮਿਆਨ ਵਿੱਚ ਹਾਂ ਹਾਂ ਤੇ ਜਦੋਂ ਕਾਲ ਖਤਮ ਹੁੰਦੀ ਫਿਰ ਤੁਸੀਂ ਉਸ ਗੱਲ ਨੂੰ ਭੁੱਲ ਜਾਂਦੇ ਹੋ ਤੇ ਜੋ ਫਿਰ ਨਵੀਂ ਸ਼ੁਰੂ ਕਰ ਦਿੰਦੇ ਹੋ ਬਰਾ ਮਿਹਰਬਾਨੀ ਪਿਛਲੀ ਗੱਲ ਜਿਹੜੀ ਉਹ ਲਾਜ਼ਮੀ ਸੁਣਾਇਓ ਲਓ ਜੀ ਆਇਂਦਾ ਆਇਂਦਾ ਇਨਸ਼ਾਅੱਲਾ ਜੀ ਇਹ ਖਸੂਸੀ ਖਿਆਲ ਰੱਖਿਆ ਵੈਸੀ ਜਨਾਬ ਤੁਹਾਨੂੰ ਬੜੀ ਮਿਹਰਬਾਨੀ ਤੁਹਾਨੂੰ ਨਿਸ਼ਾਨਦੇਹੀਆਂ ਕੀਤੀਆਂ ਕਰੋ ਇਹ ਜੀਆਂ ਚੀਜ਼ਾਂ ਦੀਆਂ ਜਿਹੜੀਆਂ ਨਾ ਇਹ ਸਾਡੀ ਇਸਲਾ ਹੈ ਵਾ ਉਹ ਤਾਂਫੂ ਦੀ ਗੱਲ ਅੱਛਾ 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 ਗੱਲ ਤਾਂ ਫੁਦੀ ਹੋ ਰਹੀ ਹੈ ਸ਼ਾਹ ਸਾਹਿਬ ਨੂੰ ਮੈਂ ਦਾ ਦੇਸਾਂ ਵੀ ਸ਼ਾਹ ਸਾਹਿਬ ਉਥਾਂ ਹੀ ਖਲੋਤੇ ਹਾਂ ਨਹੀਂ ਜੀ ਗੱਲ ਮੜ ਮੁਕਾਈ ਨਾ ਨੇ ਜਾਵੇ ਤਾਂ ਗਲਤ ਕੋ ਨੇ ਕਿ ਬਿਲਾਲ ਹੁਸੈਨ ਜੀ ਨਾਲ ਸਾਡੇ ਜੀ ਬਿਸਮਿਲ੍ਲਾਹ ਅੱਦੇ ਨੇ ਕਿ ਅੱਲਾ ਪਾਕ ਤੁਹਾਨੂੰ ਸਾਰਿਆਂ ਨੂੰ ਸਲਾਮਤ ਰੱਖੇ ਔਰ ਚੌਧਰੀ ਇਲਤਾਫ ਹੁਸੈਨ ਅੱਜ ਸਾਹਿਬ ਨੇ ਸਾਨੂੰ ਆਜ਼ਾਦ ਕਸ਼ਮੀਰ ਤੋਂ ਸਾਡੇ ਨਾਲ ਜੀ ਜੀ ਇੱਕਾ ਗੱਲ ਪੁੱਛਣਾ ਤੈਨੂੰ ਰੱਬ ਅਕਬਰ ਮੈਨੂੰ ਹੋਰ ਇਤਰਾਜ਼ ਤੇ ਕੋਈ ਨਹੀਂ ਮਖਲੂਕ ਤੂੰ ਚੋਰੀ ਮਹਿਬੂਬ ਨੂੰ ਮਿਲੇ ਹੋ ਪਤਾ ਕੈਨੂੰ ਲੱਗਣ ਦੇ ਤੋ ਹੀ ਨਹੀਂ ਤੇ ਸਾਨੂੰ ਸਬਕ ਦਿੱਤੋ ਨਹੀਂ ਸਬਰਾਂ ਦੇ ਹਾਂ ਵਾਹ ਦੱਸ ਆਪ ਕਿਉਂ ਸਬਰ ਕਿਤੋ ਹੀ ਨਹੀਂ ਹਾਂ ਤੇ ਮੁਲਾਕਾਤ ਇਲਤਾਫ ਤਵੀਲ ਹੋ ਗਈ ਇੱਕ ਰਾਤ ਛੋ ਪਰੇ ਹੋਈ ਆਏ ਹੋਏ ਹੱਕਾ ਗੱਲ ਪੁੱਛਣਾ ਹਮਮ ਤੇ ਤੁ ਰੱਬ اکبر ਮੈਨੂੰ ਹੋਰ ਇਤਰਾਜ਼ ਤਾਂ ਕੋਈ ਨਹੀਂ ਵੇਖੋ ਨਾ ਕਿ ਮਾਲਕ ਦੇ ਅੱਗੇ ਹੱਥ ਵੀ ਬੱਤੇ ਨੇ ਹਾਂ 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 ਕਹਿੰਦੇ ਕਿ ਮਾਲਕਾ ਔਰ ਮਿੱਠਾ ਜਿਹਾ ਸ਼ਿਕਵਾ ਵੀ ਹੈ ਸ਼ਿਕਵਾ ਇਹ ਕਿਆ ਕਿਆ ਕਰ ਰੱਬਾ ਕੋਲ ਬੁਲਾ ਕੇ ਰਾਤ ਤਵੀਲ ਹੋ ਗਈ 18 ਸਾਲ ਇੱਕ ਰਾਤ ਵਤ ਵਾਪਸ ਵੱਲੇ ਜਨਾਬ ਤਖਲੀਕ ਕਾਇਨਾਤ ਦਾ ਮੰਬਾ ਹਮ ਜਿਨ੍ਹਾਂ ਦੀ ਖਾਤਰ ਕਾਇਨਾਤ ਬਣਾਈ ਗਈ ਜੇ ਸੜੇ ਵਾਪਸ ਵੱਲੇ ਤਾਂ ਕੁੰਡੀ ਹਲਦੀ ਭਈਆ ਹਾਂ ਸਾਰਾ ਕੁਝ ਥਾਈ ਜੁੱਲਾ ਬਿਸਤਰਾ ਜਿਹੜਾ ਹਾ ਉਹ ਗਰਮ ਆਈ ਜੇ ਤੱਤਾ ਉੰਜੇ ਸੇ ਕਾਲਾ ਵੀ ਚ ਗਰਮ ਆ ਤੇ ਅੱਲਾ ਪਾਕ ਨਾ ਦਬ ਮਾਲਕਾ ਸਾਨੂੰ ਆਦਾ ਬਸਬਰ ਕਰ ਆਪਣੇ ਬੇਲੀ ਨੂੰ ਆਪਣੇ ਲੱਕਦੇ ਨੂੰ ਆਪਣੇ ਮਹਿਬੂਬ ਨੂੰ ਅੱਛਾ ਅਗਲੀ ਗੱਲ ਹੈ ਜਿੱਥੇ ਮਹਿਬੂਬ ਸਾਜ ਜਾਊਗਾ ਨਾ ਇੱਕ ਜੀ ਗੱਲ ਹੈ ਉੱਥੇ ਲੜਾਈਆਂ ਉੱਥੇ ਬਣਦੀਆਂ ਹੋਈਆਂ ਬਿਲਕੁਲ ਬਣਦੀਆਂ ਉੱਥੇ ਜਨਾਬ ਅੱਲਾ ਆਖਿਆ ਵਹੀਂ ਸਕਦਾ ਨਾ ਭਾਈ ਜੇ ਤੇਰਾ ਮਹਿਬੂਬ ਹੈ ਤੇ ਸਾਡਾ ਮਹਿਬੂਬ ਨਹੀਂ ਹੋ ਹੈ ਮੇਰੇ ਖਿਆਲੇ ਸਾਡਾ ਮੋਡਲ ਤੇ ਤੂੰ ਤੇ ਆਪ ਬਣਾਇਆ ਨਾ ਬਲਕਾ ਤੇ ਸਾਨੂੰ ਬਣਾ ਕੇ ਦਿੱਤੇ ਕਿ ਦੇ ਨਾਲ ਪਿਆਰ ਕਰੋ ਤੇ ਉਹ ਦੀ ਜ਼ਾਤ ਤੋਂ ਕੁਰਾਨ ਤੋਤੇ ਸਾਬੇ ਕੁਰਾਨ ਤੋਂ ਮੈਂ ਕੀ ਰਾਜ ਕੀ ਸਾਡੀਆਂ ਨਸਲਾਂ ਤੱਕ ਕੁਰਬਾਨ ਇੰਜੇ ਗੱਲ ਲੈ ਜਨਾਬ ਔਰ ਸਾਡੇ ਵਾਸਤੇ ਬਾਦਸ਼ਾਹ ਬਖਸ਼ਦਾ ਹੈ ਬਾਏ ਸੇ ਬਖਸ਼ਿਸ਼ ਨਾ ਗੱਲਾਂ ਹੋ ਬਈ ਸਰ ਬਿਲਕੁਲ ਇੰਜੇ ਗੱਲ ਲੈ ਔਰ ਵਤ ਮੇਰਾਜ ਦੀ ਰਾਤ ਜਿਹੜੀ ਅੱਛਾ ਅੱਛਾ ਜੀ ਮਹਾਰਾਜ ਦੀ ਰਾਤ ਦੀਆਂ ਜਿਹੜੀਆਂ ਖਾਸੀਅਤਾਂ ਨਾ ਜਿਹੜੀਆਂ ਬਿਆਨ ਕੀਤੀਆਂ ਵੰਜਨ ਤਾਂ ਬੜੇ ਸੋਹਣੇ ਸੋਹਣੇ ਨਿਜ਼ਾਮ ਬਣਾਏ ਮੇਰੇ ਰੱਬ ਕੋਲ ਵਾਲੇ ਕੇ ਸਾਥ ਅੱਲਾਹ ਅੱਲਾਹ ਪਾਕ ਜਿਹੜਾ ਨਾ ਜੀ 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 ਔਰ ਮਨਵਾਈਆਂ ਗਈਆਂ ਗੱਲਾਂ ਬਹਿ ਕੇ ਜੀ ਕਿ ਜਿਵੇਂ ਕਿ ਪੰਜ ਆਪਣਾ ਨਮਾਜ਼ਾਂ ਹੋ ਗਈਆਂ ਹਾਂ ਉਹ ਰੋਜ਼ੇ ਹੋ ਗਏ ਉਹ ਕੋ ਰਵਾਇਤਾ ਇਹਨ ਕੇ ਬਈ ਜਿਸ ਵੇਲੇ ਨਾ ਉਸ ਨੂੰ ਕਰੀਮ ਮਾਲਕ ਨੇ ਜਿਹੜੀ ਸਵਾਰੀ ਬਣਾਈ ਹਾਂ ਉਹਦੇ ਬਾਰੇ ਚ ਰਵਾਇਤਾ ਹੈ ਪੀਰ ਨਸੀਰਉਦਦੀਨ ਰahmatullah अलैहि ਦੀ ਮੈਂ ਇੱਕ ਨਾਮ ਸਤੀਕ ਸੁਣ ਰਿਹਾ ਤੇ ਉਹਨੇ ਆਖਿਆ ਕਿ ਉਹ ਦਲਦਲਨਾ ਹਾਂ ਹਾਂ ਬੁਰਾਕ ਬੁਰਾਕ ਵੀ ਤਾਂ ਦਲਦਲ ਬੀਆ ਪੰਜਾਬੀ ਚ ਦਲਦਲ ਹਾਂ ਇੰਜੇ ਕਹਿੰਦਾ ਉਹ ਬੁਰਾਕ ਜਿਹੜਾ ਨਾ ਹੂੰ ਉਹ ਬਾਕੀ ਸਾਰੇ ਜਿਹੜੇ ਨੇ ਉਹ ਕਮਜ਼ੋਰੜਾ ਹ ਸਾਰਿਆਂ ਦਾ ਅੱਛਾ ਤੇ ਤੇ ਥੋੜਾ ਜਿਹਾ ਨਿਵੇੜਾ ਹੋ ਕੇ ਤੇ جھੁੱਕ ਕੇ ਤੇ ਬੈਠਾਇਆ ਤੇ ਬਾਕੀਆਂ ਤੇ ਅੱਲਾ ਕਰੀਮ ਫਰਮਾਇਆ ਨਾ ਭਈ ਹਣ ਥੱਲੇ ਸਵਾਰੀ ਵੀ ਤੇ ਗਲਣੀ ਆਈ ਆ ਹਾਏ ਹਾਏ ਆਪਣੇ ਸੱਜਣ ਬੂਰਾਕ ਦੀ ਕਿਸਮਤ ਵੇਖੋ ਸ਼ਾਹ ਜੀ ਤੇ ਜਿਸ ਨੂੰ ਉਹਨੂੰ ਕਿ ਮਿਲਿਆ ਨਾ ਬਹੁਤ ਖਬਲਾ ਬਸ ਜੜਾ ਹੂੰ ਤੂੰ ਬਣ ਵਿੱਚ ਕਸ ਤੂੰ ਬਣ ਸਨੇਉ ਤੇ ਨਾਲ ਬਣ ਸਵਾਰੀ ਅੱਛਾ ਤੇ ਵਤ ਉੱਥੇ ਇਕ ਪੰਜਾਬੀ ਦੇ ਸ਼ਾਇਰ ਉਸ ਮਨਜ਼ਰ ਨੂੰ ਲਿਖਿਆ ਕਿ ਮੈਂ ਲਜਪਾਲਾਂ ਦੇ ਲੜ ਲੱਗੀਆਂ ਹਾਂ ਮੇਰੇ ਤੋਂ ਗਮ ਮੇਰੇ ਤੋਂ ਗਮ ਭਰੇ ਰਹਤੇ ਮੈਂ صدقہ ਆ ਮੈਂ ਮੰਗਤਾ ਸੋਹਣ ਆਕਾਤਾ ਮੇਰੇ ਪਲੜੇ ਭਰੇ ਰਹੇ 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 ਜਿਸ ਵੇਲੇ جناب ਉਸ ਬੁਰਾਕ ਨੂੰ ਹੁਕਮ ਰੱਬੀ ਹੋਇਆ ਤੇ ਬੁਰਾਕ ਦੇ ਵਿੱਚ ਇਤਨਾ ਕਰੰਟ ਆ ਗਿਆ ਕਿ ਬਾਕੀ ਜਿਤਨੇ ਉਸ ਦੇ ਹਮ ਜਿੰਸਾਂ ਅੱਛਾ ਉਹ ਜਿਤਨੇ ਉਸ ਦੇ ਨਾਲ ਦੇ ਆ ਨਾ ਉਹ ਵੇਖ ਕੇ ਤੋਂ ਨਾਕਾ ਤੂੰ ਉਹ ਨਾਕਾ ਮੈਂ ਭਗਾਣਾ ਭਾਈ ਇਹ ਮੇਰੇ ਨਸੀਬ ਆਣ ਤੇ ਉਹ ਯਾ ਨਾ ਅਦਨ ਨੀਵੀਂ ਨੂੰ ਫੜ ਲਗਦੀ ਹਾਂ ਕਿਸਮਤ ਕਿਸਮਤ ਜਾਗੀ ਉਸ ਦੀ ਹਾਂ ਮਤਲਬ ਕਿਸਮਤ ਇੰਜ ਆਕੀ ਕਿ ਜੇ ਅਗਰ ਝੁਕਾ ਨਾ ਹੁੰਦਾ ਹਾਂ ਤੇ ਇਹ ਹੁਣ ਸੋਚਿਆ ਅਥਰੂ ਪੜਾਂ ਦੇ ਨੇ ਕਿ ਪਤਾ ਨਹੀਂ ਅੱਲਾ ਕਰੀਮ ਦੀ ਤਰਫੋਂ ਜਿਹੜਾ ਸੁਨੇਹਾ ਆਉਣਾ ਤੇ ਉਹਦੇ ਮਹਿਬੂਬ ਨੂੰ ਲੈ ਕੇ ਆਉਣਾ ਉਹ ਕਿੱਡਾ ਭਗਾ ਵਾਲੀ ਕੰਡ ਹੋਸੀ ਕਿਹੜਾ ਭੱਗਾ ਵਾਲਾ ਜਾਨਵਰ ਤੇ ਇੱਕ ਖਾਸ ਮਕਾਮ ਤੇ ਵੰਜ ਕੇ ਤੇ ਉਸ ਬੁਰਾਕ ਜਿਹੜਾ ਲੈ ਕੇ ਗਿਆ ਨਾ ਜਿਸ ਵਾਪਸ ਅੱਗਾ ਉਸ ਉਹਨਾਂ ਆਖਿਆ ਕਿ ਅੱਗਾ ਮੈਂ ਮੇਰੇ ਅੱਗਾ ਨਹੀਂ ਵੰਜਣ ਦਾ ਮਤਲਬ ਹੈ ਮਕਾਮ ਆ ਤੇ ਉਹ ਜਿਸ ਵੇਲੇ ਵਾਪਸੀ ਮੁੜਿਆ ਨਾ ਬੁਰਾਕ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਲੈ ਕੇ ਗਏ ਤੇ ਇੱਕ ਖਾਸ ਮਕਾਮ ਤੱਕ ਹੈ ਬੁਰਾਕ ਆਖ ਕੇ ਕਿ ਬਈ ਯਾ ਰਸੂਲੱਲਾਹ ਅੱਲਾਹ ਤੇ ਸੁਣਿਆ ਤੇਰੀ ਤੇ ਸੰਗਤ ਹੈ ਆ ਤੇਰਹ ਤੇ ਮਾਲਕ ਮਹਿਬੂਬ ਤੇ ਆਸ਼ਕ ਮਸ਼ੂਕ ਵਾਲੀ ਕਹਾਣੀ ਹੈ ਤੁਹਾਡੀ ਇੰਜ ਗੱਲ ਮੇਰਾ ਸਿਰਫ ਉਹ ਤਖਲੀਕ ਕਰ ਜਿੰਨੀ ਮੈਨੂੰ ਜ਼ਰੂਰਤ ਅਦਾ ਕੀਤੀ ਇਸ ਕਾਲ ਆਈ ਹੈ ਸ਼ਾ ਜੀ ਜੀ ਕਾਲ ਹੈਲੋ ਜੀ ਅਸਲਾਮੁਅਲੈਕੁਮ ਜੀ ਵਾਅਲੈਕੁਮ ਅਸਲਾਮ ਸਭ ਕੀ ਹਾਲ ਹੈ ਠੀਕ ਹੋ ਖੈਰ ਖਰੀਏ ਤੇ ਕਰੀਮ ਮਾਲਕ ਦੀ ਕਰਮ ਨਿਵਾਜ਼ੀ ਕੌਣ ਤੇ ਕਿੱਥੋਂ ਜਨਾਬ ਇਹ ਅਬਦੁਲ ਮਜੀਦ ਕਾਦਰੀ ਜੀ 88 ਜਨੂਬੀ ਲਾਹੌਰ ਰੋਡ ਜੀ ਕਾਦਰੀ ਸਾਹਿਬ ਤੁਹਾਂ ਜੀ ਆਇਆ ਨੂੰ

ਇਨਸ਼ਾਅੱਲਾ ਉਸ ਦੇ ਬਾਰੇ ਵੀ ਦੱਸਾਂ ਅੱਲਾਹ ਖੈਰ ਕਰਸੀ ਬਹੁਤ ਮਿਲਸਾਂ ਦੇ ਜੀ ਇਨਸ਼ਾਅੱਲਾ ਜੀ ਬੜੀ ਮਿਹਰਬਾਨੀ ਜਨਾਬ ਅੱਲਾਹ ਸੋਹਣੇ ਦਾ ਵਾਲੇ ਕਰੀਮ ਮਾਲਕ ਤੁਹਾਨੂੰ ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ ਜਨਾਬ ਅੱਛਾ ਮਤਲਬ ਹੈ ਕਿ ਸਾਡੇ ਇਹ ਉਹ ਨਾ ਜਿਹੜਾ ਟੈਲੀਫੋਨ ਆਇਆ ਹਨ ਕਿ ਗੱਲ ਭੁੱਲ ਬੈਂਦੇ ਗੱਲ ਕੋਈ ਨਹੀਂ ਭੁੱਲੀ ਇਹ ਗੱਲ ਤੋਂ ਗੱਲ ਕਰਨ ਲੱਗਾ ਕਿ ਸਾਡੇ ਪ੍ਰੋਗਰਾਮ ਦੀ ਇਨਵੇਕਲਤਾ ਆਖੋ ਜੀ ਜੀ ਸੁੰਦਰਤਾ ਆਖੋ ਜਾਂ ਆਪਣੇ ਤੇ ਮੇਰੇ ਬਾਗਾਂ ਦੀ ਗੱਲ ਕਰੋ ਕਿ ਸਾਡੇ ਪ੍ਰੋਗਰਾਮ ਦੇ ਨਾਲ ਰੈਤਲ ਹਰ ਹਰ ਸ਼ੋਬੇ ਦਾ ਬੰਦਾ ਜੁੜੇ ਹੋਇਆ ਤਾਂ ਕੋਈ ਅਗਰ ਇਸਲਾਮੀ ਨਿਜ਼ਾਮ ਦਾ ਕੋਈ ਹੈ ਬੰਦਾ ਜਾਂ ਕੋਈ ਰੈਤਲ ਦਾ ਬੰਦਾ ਜਾਂ ਕੋਈ ਇਵੈਂਟ ਕੇ ਮਤਲਬ ਬਿਊਰੋਕ੍ਰੇਟ ਤੱਕ ਸਾਡਾ ਪ੍ਰੋਗਰਾਮ ਜਿਹੜੇ ਨੂੰ ਮਤਲਬ ਅਗਰ ਲੋਕ ਰੈਤਲ ਪ੍ਰੋਗਰਾਮ ਨੂੰ ਇੱਕ ਕਿਤਾਬ ਦਾ ਨਾਮ ਦਿੱਤਾ ਜਾਵੇ ਤੇ ਇਸ ਤੇ ਜਿੰਨੇ ਪੰਨਿਆਂ ਹਰ ਪੰਨੇ ਦੇ ਉੱਤੇ ਨਾਮ ਸਾਡੇ ਅੱਲਾਹ ਪਾਕ ਉਨ੍ਹਾਂ ਦੀ ਜ਼ਿੰਦਗੀ ਕਰੇ ਸਾਡੇ ਪ੍ਰੋਡਿਊਸਰ ਸਾਕੇ ਬਲਮਾਨ ਸਾਹਿਬ ਦੇ ਸਰ ਅਰੇ ਗੱਲ ਖੁਦਾਈ ਕਰੀਏ ਜੀ ਜੀ ਕਿ ਇਸ ਬੰਦੇ ਆਪਣੀ ਇਹ ਜਿੜੀਆਂ ਸੋਚਾਂ ਦਾ ਲਉ ਸਾੜ ਕੇ ਪੰਜਾਬੀ ਦਾ ਦੀਵਾ ਬਾਲਿਆ کریم ਮਾਲਕ ਅਜੋਕੇ ਦਿਹਾੜੇ ਦਾ صدقا ਇਹਨਾਂ ਨੂੰ ਹੋਰ استقامت عطا کرے اور اے ਪੰਜਾਬੀ ਮਾਂ ਬੋਲੀ ਅੱਛਾ ਤੁੰ ਸ਼ਾਹ ਜੀ ਯਾਦ ਇੱਕ ਵਾਰੀ ਬੈਠੇ ਅਸੇ ਤੂੰ ਆਖੇ ਬਜਿਹੜੇ ਮੈਂ ਆਪਣੀ ਰਹਿਤਲ ਦੇ ਵਿੱਚ ਆਪਣੇ ਚੱਕ ਦੇ ਵਿੱਚ 11 ਸਾਲ گزارੇ ਨਾ ਅਸਲ ਹੀ ਆਤੀ ਹੋਈ ਆਤੀ ਹੋਈ ਗੁਜ਼ਾਰੀ ਤੇ ਉਹ ਜਿਹੜੇ 11 ਸਾਲ ਨੇ ਉਹ ਮੈਂ ਨਜੇ ਤੱਕ ਹੀ ਨਹੀਂ ਪੁੱਲਦੇ ਉਹ 11 ਸਾਲ 51 ਸਾਲਾਂ ਤੋਂ ਪਾਰੇ ਕਿਉਂਕਿ ਉਹਦੇ ਵਿੱਚ ਮੁਹੱਬਤ ਆਛਾ ਬੁਰਾਕ ਦੀ ਗੱਲ ਸ਼ਾਹੀ ਕਰਦੇ ਪਏ ਤੁਸੀਂ ਕਿ ਵੱਤ ਕਾਲ ਆ ਜੀ ਜੀ ਬੁਰਾਕ ਨੇ ਨਬੀ ਪਾਕ ਸੱਲ ਸੱਲਮ ਅਕ ਅਰਜ਼ ਕੀਤੀ ਕਿ ਯਾ ਰਸੂਲ ਅੱਲਾ ਮੇਰੇ ਪਰ ਸੜਦੇ ਪਏ ਅੱਛਾ ਅੱਛਾ ਹੁਣ ਤੁਸੀਂ ਮਮਾਸਲਤ ਵੇਖੋ ਅੱਛਾ ਆਪਸ ਵਿੱਚ ਮੈਂ ਇਹ ਨਹੀਂ ਕਹ ਰਿਹਾ ਕਿ ਬਾਹਰ ਤੋਲਣ ਦੀ ਗੱਲ ਨਹੀਂ ਵੇਖੋ ਅੱਲਾ ਨੇ ਜੋ ਜੋ عطاਾਂਆਂ ਕੀਤੀਆਂ ਜੀ ਜੀ ਇੱਕ ਅੱਲਾ ਦੀ ਬਣਾਈ ਹੋਈ مخلوਕ ਹੈ ਜਿਹੜਾ ਕਹ ਰਿਹਾ ਕਿ ਮੇਰੇ ਪਰ ਸੜਦੇ ਪੈ ਆਹ ਦੂਜੀ ਹਸਤੀ ਐਸੀ ਹੈ ਜਿਸ ਤਖਲੀਕ ਕਾਇਨਾਤ ਦਾ ਮੰਮਬਾ ਹੈ ਔਰ ਬੁਰਾਕ ਨੂੰ ਵੀ ਪਤਾ ਹੈ ਕਿ ਇਸ ਜਿਸ ਹੱਦ ਤੱਕ ਜਾਣਾ ਹੈ ਔਰ ਉਸ ਹੈ ਜੀ ਲੈ ਲੀਏ ਸ਼ਾ ਜੀ ਹੈਲੋ ਅਸਲਾਮ ਵਾਲੇਕੁਮ ਜੀ ਵਾਲੇਕੁਮ ਅਸਲਾਮ ਕੌਣ ਤੇ ਕਿੱਥੋਂ ਜੀ ਯਾਰ ਰਾਜ ਸਾਹਿਬ ਕੀ ਹਾਲ ਹੈ ਠੀਕ ਠਾਕ ਹੋ ਜਾਹੇ ਦਰਦ ਕਰ ਰਿਹਾ ਸਰ 49 ਟੇਲ ਸਰ ਗੋਦਾ ਜਨਾਬ ਜ਼ੈਦ ਬੱਚੇ ਕੀ ਹਾਲ ਨੇ ਜੀ ਆਇਆਂ ਨੂੰ ਜੀ ਸ਼ੁਕਰ ਅਲਹਮਦੁਲਿਲਾ ਸ਼ਾਹ ਸਾਹਿਬ ਬੈਠੇ ਨੇ ਠੀਕ ਠਾਕ ਨੇ ਅੱਜ ਮਾਸ਼ਾਅੱਲਾ ਕਾਲਾ ਸਵੈਟਰ ਪਾਇਆ ਅੱਜ ਨਹੀਂ ਇਹ ਇਹ ਮੇਰੀ ਚਾਦਰ ਕਾਲੀ ਇਹ ਇਹ ਇਹਨਾਂ ਦਾ ਜਨਾਬ ਜਿਹੜਾ ਹੈ ਨਾ ਇਹ ਮੇਰੇ ਜਮਾਂਦਰੂ ਲਿਬਾਸ ਹੈ ਕਾਲੀ ਚਾਦਰ ਹੈ ਮੇਰੀ ਅੱਜ ਕਾਲੀ ਚਾਦਰ ਹੈ ਕਾਲੀ ਚਾਦਰ ਅੱਛਾ ਸ਼ਾਹ ਜੀ ਅੱਜ ਤੁਸੀਂ ਤੇਲਾਂ ਤੋਂ ਲੰਗੇ ਹੋਗੇ ਤੇ ਕਚੀਕਿਆਂ ਦਾ ਮਨਜ਼ਰ ਕੋਈ ਜਾਨੂੰ ਆਏ ਤੇ ਹੁਣ ਜਿਹੜੇ ਸਾਹਮਣੇ ਵੀ ਜੈਂ ਜੇ ਗੱਲ ਹੈ ਪਾਣੀ ਬਫਰ ਮਿਕਦਾਰ ਨਾਲ ਜ਼ਾਇਆ ਹੋ ਰਿਹਾ ਜੀ ਬਿਲਕੁਲ ਹੋ ਰਿਹਾ ਹੈ ਅੱਛਾ ਗਲ ਬੁਰਾਕ ਦੀ ਸ਼ਾਜੀ ਹੁੰਦੀ ਪਈ ਇਹ ਇੱਕ ਵਾਰੀ ਮੁਕਾ ਲਓ ਤੇ ਬੁਰਾਕ ਦਾ ਜੀ ਪਾਣੀ ਤੇ ਇਹ ਹਯਾਤੀ ਦਾ ਨਾਮ ਦੁਆ ਨਾ ਪਾਣੀ ਹੈ ਸਾਡਾ ਕਮਰਸ਼ਲ ਵੀ ਚੱਲਦਾ ਹੈ ਕਿ ਪਾਣੀ ਆਉਣ ਵਾਲੇ ਵਕਤ ਚ ਹੋ ਸਕਦਾ ਖੁਦਾ ਮਾਫ ਕਰੇ ਕੋਈ ਖਿਆਲ ਆ ਜਾਵੇ ਤੇ ਪਾਣੀ ਜ਼ਾਇਆ ਨਹੀਂ ਕਰਨਾ ਚਾਹੀਦਾ ਇਹਦਾ ਕੋਈ ਬੰਦੋਬਸ ਕਰਨਾ ਚਾਹੀਦਾ ਅੱਛਾ ਇੱਕ ਇਹ ਕਿਹਾ ਤਾਂ ਪੈ ਕੇ ਮੇਰੇ ਪਰ ਛੜਦੇ ਪੈ ਅੱਛਾ ਕਾਇਨਾਤ ਦੇ ਮਾਲਕ ਦੀਆਂ ਤਖਲੀਕਾਂ ਨੇ ਦੋਵੇਂ ਹਮ ਹਮ ਇੱਕ ਆਦਾ ਪੈ ਇੱਕ ਨੀਂਦਲ ਤੇ ਜਾ ਕੇ ਕੱਲ ਅਲੀਸ਼ਾ ਜੀ ਹੈਲੋ ਅਸਲਾਮੁਅਲੈਕੁਮ ਰਹਿਮਤੁਲਾਹਿ ਵਬਰਕਾਤੁ ਜੀ ਵਾਲੇ ਜੀ ਵਾਲੇ ਅਸਲਾਮੁਅਰਹਮਤ ਜਾਵੇਰ ਕਾਦਰੀ ਬੋਲ ਰਹੇ ਜਨਬ ਜਮਿਲ 파ਰਖ ਲਾਡੀਟਾ ਜੀ ਬਿਸਮਿਲ੍ਲਾ ਕਾਦਰੀ ਸਾਹਿਬ ਜੀ ਆਇਆਂ ਨੂੰ

ਜਿਹੜਾ ਗਿਆ ਉਸ ਨੂੰ ਆਖਿਆ ਗਿਆ ਕਿ ਸਜਣਾ ਗੱਲ ਲੈ ਕੇ ਬੈ ਜੁੱਤੀ ਨਹੀਂ ਲਾਣ ਦੀ ਲੋੜ ਨਾਲਨ ਸਮੇਂ ਤਾ ਆਉਣੀ ਆਹਾ ਆਹਾ ਵਾ 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 ਕਿ ਨਾਲਨ ਸਮੇਂ ਤਾ ਆਵਣੀ ਹ ਇੱਕ ਹਸਤੀਏ ਜਿਨੂੰ ਆਖਿਆ ਗਿਆ ਬਸ ਸਜਣਾ ਬਸ ਇਸ ਟਵਕਾ ਤੇਰੀ ਜਰਤ ਨਹੀਂ ਇਰਾਜ਼ ਉਹ ਨਿਆਜ਼ ਦੀਆਂ ਗੱਲਾਂ ਬਿਲਕੁਲ ਇੰਜ ਗੱਲਾਂ ਅੱਛਾ ਵੇਖੋ ਨਾ ਵਾਜ ਜਿਸਲੇ ਵਾਪਸੀ ਹੋਈ ਵਾਪਸੀ ਆਏ

ਅੱਛਾ ਜਿਬਰੀਲ ਅਲੈ ਸਲਾਮ ਅਰਜ਼ ਕੀਤਾ ਕਿ ਯਾ ਰਸੂਲ ਅੱਲਾ ਕੋਈ ਸਾਲਾਂ ਬੱਦੀ ਹੂੰ ਸਦੀਆਂ ਬਾਅਦ ਇੱਕ ਤਾਰਾ ਨਿਕਲਦਾ ਅਸਮਾਨ ਤੇ ਅੱਛਾ ਤੇ ਉਹ ਮੈਂ ਕੋ ਕੋ ਵੇਖਿਆ ਕੋ 50 60 ਵਾਰੀ ਅੱਛਾ ਅੱਛਾ ਤੇ ਆਪ ਹਿਸਾਬ ਲਾ ਲਿਓ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਨਾ ਮੱਥੇ ਤੋਂ ਚਾਇਆ ਨਾ ਕਪੜਾ ਤਾਂ ਕਹੇ ਵੇਖ ਖਬਲਾ ਧਿਆਨ ਨਾਲ ਅੱਛਾ ਜਿਬਰੀਲ ਹੱਥ ਬਨ ਕੇ ਖਲੋ ਗਿਆ ਇਹ ਤੇ ਉਹ ਹੀ ਹੈ ਤਾਰਾ ਅੱਛਾ 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 ਇਹ ਤਾਰਾ ਤਾਂ ਮੱਥੇ ਤੇ ਪੇਸ਼ਾਨੀ ਦੇ ਉੱਤੇ ਉਹ ਹੀ ਨੂਰ ਹੈ ਜਿਹੜਾ ਉਹ ਅਸਮਾਨਾਂ ਦਾ ਤਾਰੇ ਦਾ ਨੂਰ ਹੈ ਜਿਹੜਾ ਅੱਛਾ ਹੁਣ ਤੁਸੀਂ ਆਪ ਵੇਖੋ ਨਾ ਹਾਂ ਹਾਂ ਇਹ ਅੱਲਾ ਕਰੀਮ ਨੇ ਆਖਿਆ ਕਿ ਮੈਂ ਬੁੱਤ ਬਣਾਈਂਦਾ ਪਿਆ ਮਿੱਟੀ ਦਾ ਬੋਤੀ ਹੈ ਤੇ ਚੁਣ ਮੈਂ ਰੂਹ ਫੂਕਣੀ ਹੈ ਤੈਨੂੰ ਝੁੱਕ ਹੂੰ ਤੇ ਸਾਖਾ ਮਲਕਾ ਮੇਰਾ ਨਾਮ ਅਜ਼ਾਜ਼ੀਲ ਹੈ ਮੈਂ ਸਾਰਿਆਂ ਫਰਿਸ਼ਤਿਆਂ ਦਾ ਉਸਤਾਦ ਹਾਂ ਹੂੰ

ਬਤ ਅਜ਼ਾਜ਼ੀਲ ਨੂੰ ਰੱਦ ਦਿੱਤਾ ਗਿਆ ਰੱਦ ਦੇਰਗਾਹ ਕਰ ਦਿੱਤਾ ਗਿਆ ਅੱਲਾਹ کریم ਫਰਮਾਇਆ ਸਜਦਾ ਨਹੀਂ ਨ ਕਰਨਾ ਕੋਈ ਬਾਤ ਨਹੀਂ اچھا じゃ ਮੈਂ ਤੈਨੂੰ ਰੱਦ ਦੇਰਗਾਹ ਕੀਤਾ ਅਜ਼ਾਜ਼ੀਲ ਤੋਂ ਸ਼ੈਤਾਨ ਹੋ ਗਿਆ ਲਾਈਨ ਹੋ ਗਿਆ ਆਖਿਆ ਨਾ ਕਿ ਮੈਂ ਤੇ 3 ਕਿ ਮੈਂ ਮਿੱਟੀ ਅੱਗ ਤੋਂ ਬਣਿਆ ਇਹ ਨਾ 3 ਮਿੱਟੀ ਨੂੰ ਆਤਨ ਕਿ ਮਿੱਟੀ ਤੋਂ ਬਣਿਆ ਤਾਂ ਮੈਂ ਨਾਰ ਤੋਂ ਬਣਿਆ ਅੱਗ ਤੋਂ ਮੇਰਾ ਤੇ ਤਾਂ ਮੁਕਾਬਲਾ ਕਿਉਂ ਕਰਨਾ ਤੇ ਉਹ ਨਾ ਕਹਾ ਮੈਂ ਖਾਲਕ ਆ ਮੈਨੂੰ ਪਤਾ ਹੈ ਮੈਂ ਕਿਨੂੰ ਬਿਹਤਰੀ ਦੇਣੀ ਤੇ ਜਿਤ ਵੇਲੇ ਇਹ ਗੱਲਾਂ ਹੋਈਆਂ ਨਾ ਤੇ ਅੱਲਾਹ ਪਾਕ ਕਰਕੇ ਬੰਦ ਅੱਛਾ ਅੱਛਾ ਜੀ ਇੱਥੇ ਮੈਂ ਇੱਕ ਵੇਖਣੀ ਕਿ ਖਾਲਕ ਜਿਹੜਾ ਹੈ ਨਾ ਉਸ ਦਾ ਇਤਮਾਦ ਇਨਸਾਨ ਤੇ ਵੇਖੋ ਕਿ ਉਸ ਉਸ ਨੂੰ ਆਖਿਆ ਕਿ ਠੀਕ ਹੋ ਸਕਿਆ ਮੈਂ ਇਹਨਾਂ ਨੂੰ ਬਦਰਾ ਕਰੇ ਸਾ ਸਕਿਆ ਜਿਵੇਂ ਮਰਜ਼ੀ ਕਰ ਤੂੰ ਜਿਹੜਾ ਮੇਰਾ ਹੈ ਨਾ ਮੈਂ ਉਹ ਕਦੀ ਬਦਰਾ ਨਾ ਹੋ ਸੀ ਫਰਿਸ਼ਤੇ ਆ ਜਿਤ ਵੇਲੇ ਆਖਿਆ ਨਾ ਮੌਲਾ ਕਰੀਮਾ ਇਹ ਕਰਤਾ ਤੇ ਪਿਆ ਇਹ ਇੰਜ ਕਰਸੇ ਰੱਬ ਆਖਿਆ ਵੇਖ ਲੈਨੇ ਜਿਸ ਵੇਲੇ ਅਜ਼ਾਜ਼ੀਲ ਸ਼ੈਤਾਨ ਹੋ ਗਿਆ ਰੱਦੇ ਦਰਗਾਹ ਲਾਈਨ ਕਰਾਰ ਦੇ ਦਿੱਤਾ ਗਿਆ ਉਸ ਵੇਲੇ ਅਗਾ ਕ ਮਾਲਕਾ ਜੀ ਦੇ ਵਿੱਚ ਤੂ ਕੋ ਬਣਾਣਾ ਆ ਜਿਹੜਾ ਇਹਦੇ ਮੱਥੇ 'ਚ ਨੂਰ ਪਾਇਆ ਹਮ ਜਿਹੜਾ ਆਦਮ ਅਲੈ ਸਲਾਮ ਦੇ ਮੱਥੇ 'ਚ ਆਇਆ ਜੀ ਜੀ ਕਿ ਇਹ ਜਿਹੜਾ ਨੂਰ ਪਾਇਆ ਇਸ ਨੂਰ ਦੇ ਸਦਕੇ ਵਾਤੇ ਕੋਨੇ ਗਲਤ ਮੰਨ ਅੱਛਾ ਅੱਲਾਹ ਕਰੀਮ ਫਰਮਾਇਆ ਹਾਂ ਬੋਲ ਅਕਾ ਵਤ ਮੈਨੂੰ ਥੋੜੀ ਜਿ ਖੋਲ ਦੇ ਤੇ ਅੱਛਾ ਕਹੇ ਤੂ ਬਣੇਂਦਾ ਪੈਣਾ ਬਈ ਤੇਰਾ ਬਣ ਸੀ ਤੂ ਮੈਨੂੰ ਖੋਲ ਦੇ ਤੇ ਮੈਂ ਕੋਸ਼ਿਸ਼ ਕਰਾਂ ਤੇਰਾ ਨਾਮ ਬਣੇ ਅੱਛਾ ਅੱਲਾ ਕਰੀਮ ਫਰਮਾਇਆ ਜਾ ਤੇਰੀ ਰੱਸੀ ਢਿੱਲੀ ਹੋ ਗਈ ਅੱਲਾ ਕਰੀਮ ਫਰਮਾਇਆ ਜਾ ਮੈਂ ਤੇਰੀ ਰੱਸੀ ਢਿੱਲੀ ਕਰਦਾ ਟਿੱਲ ਲਾ ਲਈ ਜਿਹੜੇ ਮੇਰੇ ਹੁਸਨ ਉਹ ਮੇਰੇ ਹੁਸਨ ਤੇ ਮੇਰੇ ਤੇਰੇ ਤੋਂ ਗੱਲ ਹੋਈ ਜੀ ਸ਼ਾ ਜੀ ਦੁਆ ਹੈ ਕਿ ਹਰ ਮੁਸਲਮਾਨ ਨੂੰ ਸਾਡੇ ਸਮੇਤ ਅੱਲਾ ਪਾਕ ਪਾਣ ਨਮਾਜ਼ਾਂ ਪੜਨ ਦੀ ਤੌਫੀਕ عطا ਫਰਮਾਵੇ ਤੇ ਗੱਲ ਬੜੀ ਸੋਹਣੀ ਤੇ ਸੱਚੀ ਹੈ ਸ਼ਾ ਜੀ ਗੱਲ ਬੁਰਾਕ ਦੀ ਹੈ ਹਾਂ ਗੱਲ ਬੁਰਾਕ ਕਿ ਵਤ ਜਿਸ ਲਈ ਰੱਦੇ ਦਰਗਾਹ ਕਰ ਦਿੱਤਾ ਕਰ ਸ਼ੈਤਾਨ ਅੱਛਾ ਅਕ੍ਰੀਮ ਮਾਲਕ ਅਗਰਸ ਕੀਤੀ ਕਿ ਤੂੰ ਕਾਇਨਾਤ ਦਾ ਮਾਲਕ ਹੈ ਜੀ ਜੀ ਮਤਲਬ ਕੌਣ ਫਾਇਕੂਨ ਵਾਲੀ ਗੱਲ ਬਿਲਕੁਲ ਜਿਵੇਂ ਚਾਵੇਂ ਉੰਜ ਹੋ ਸਕਦਾ ਤੇ ਮੈਨੂੰ ਇਜਾਜ਼ਤ ਦੇ ਦੇ ਕਿ ਮੈਂ ਕਿਆਮਤ ਤੱਕ ਆਖਰੀ ਦਿਲੇ ਤੱਕ ਲਿੱਤਰ ਜਿਤਨੇ ਮਾਰਨੇ ਹੋ ਨਹੀਂ ਮਾਰ ਲਈ ਹਮ ਲੇਕਿਨ ਮੈਨੇ ਇਤਨੀ ਤਹਿਮਤ ਦੇ ਮੈਂ ਇਹਨਾਂ ਦੇ ਵਿੱਚ ਨਹੀਂ ਖੇਡ ਸੱਤ ਸਹੀ ਨ ਕੋਈ ਆਪਣੇ ਚਾਰ ਚੀ ਬਣਾਈ ਸਾ ਇੰਜ ਗੱਲ ਲੈ ਅੱਲਾਹ ਕਰੀਮ ਫਰਮਾਇਆ ਲੈ ਭਾਈ ਤੈਨੂੰ ਇਜਾਜ਼ਤ ਖੁੱਲੀਆਂ ਛੁੱਟੀਆਂ ਖੁੱਲੀਆਂ ਛੁੱਟੀਆਂ ਨੇ ਤਾਂ ਲਾਇ ਹੁਣ ਜੀ ਮੈਂਬਰ ਜ਼ਿਕਰ ਲਾਇ ਜਿਹੜੇ ਮੇਰੇ ਹੋਏ ਨਾ ਉਹ 72 ਹੋਣ ਤੇ ਬਾਵੇਂ 13 ਹੋਣ ਇੱਥੇ ਗੱਲ ਬਣਦੀ ਹੈ ਏ ਤਮਾਦ ਦੀ ਕਬ ਉਹ ਜਿਹੜੇ ਨੇ ਨਾ ਉਹ ਕਿਸੇ ਪਾਸੇ ਨਾ ਵੈਸੇ ਇੰਜ ਗੱਲ ਤੇ ਵਤ ਇੱਥੇ ਤੱਕ ਆਖਿਆ ਕਿ ਮੇਰੇ ਜਿਹੜੇ ਉਸਨੋਂ ਰਾਤੀ ਦੀਵਾ ਬੁਝਾ ਚੁੜੇ ਸਣਾਂ ਸਣ ਜੀ ਨਾ ਵਜਣਾ ਲੱਗੇ ਵਜਣੋ ਅਸਾਂ ਇੰਜ ਗੱਲੇ ਸੋ ਵੱਤ ਕਾਇਨਾਤ ਨੂੰ ਤਖਲੀਕ ਕਰ ਦਿੱਤਾ ਗਿਆ ਬਸ ਉਸ ਨੂੰ ਖੁੱਲ ਦੇ ਦਿੱਤੀ ਗਈ ਤੇ ਐਤ ਜਿਹੜਾ ਦੌਰ ਹੈ ਨਾ ਹੁਣ ਸ਼ੈਤਾਨ ਜਿਹੜਾ ਮੇਰੇ ਖਿਆਲ ਇੱਕ ਸ਼ਤੂਗੜੇ ਠੇਰੋ ਗਏ ਇੰਜ ਉਹਦੇ ਨੂੰ ਮੰਨਦੇ ਜਿਹੜੇ ਨਾ ਅੱਛਾ ਅੱਛਾ ਜੀ ਮੈਂ ਨਾ ਇੱਥੇ ਜਿਹੜਾ ਮੁਕੱਦਰ ਹੈ ਨਾ ਉਹ ਦੋ ਜਗ੍ਹਾ ਤੇ ਮੈਂ ਮੁਕੱਦਰ ਜਿਹੜਾ ਨਾ ਉਹ ధਨੀ ਜਿਹੜਾ ਜਿਸ ਸਹੀ ਮੁਕੱਦਰ ਹੋ ਰਸ਼ ਕਰਦਾ ਇੱਕ ਤਾਂ ਬੁਰਾਕ ਦਾ ਹਾਂ ਤੇ ਇੱਕ ਈਯੂਬ ਅਨਸਾਰੀ ਦੀ ਜਿਹੜੀ ਉਹ ਡਾਚੀ ਆਈ ਕਮਜ਼ੋਰ ਅਜ਼ਦ ਅਬੂ ਈਯੂਬ ਅਨਸਾਰੀ ਹਾਂਜੀ ਹਾਂ ਜਿਹੜੀ ਡਾਚੀ ਜ਼ਰਾ ਵੀ ਨਾ ਸਕਦੀ ਸੀ ਚੱਲ ਹਾਂ ਉਹ ਉਹਦੇ ਬਾਅਦ ਵੇਖੇ ਕਿਵੇਂ ਹੋ ਗਏ ਨੇ ਕਦਮਾਂ ਦੀ ਉਹਨੇ ਹਲ ਚੱਲ ਹਾਂ ਬੜਾ ਬੜਾ ਲਿਖਿਆ ਸ਼ਾਇਰਾਂ ਦੇ ਉੱਤੇ ਮਦਰੀ ਬੈਠੇ ਆ ਕੇ ਤੇ ਸਰਕਾਰਾਂ ਮਹਿਮਾਨ ਨਵਾਜ਼ੀ ਦੀ ਇਹ ਜੇ ਗੱਲ ਲੈ ਤੇ ਬਿਲਕੁਲ ਔਰ ਉਸ ਦੀ ਕਿਸਮਤ ਔਰ ਬੁਰਾਕ ਦੀ ਕਿਸਮਤ ਅੱਛਾ ਕਿਸਮਤ ਅਸੀਂ ਅਮਲੀ ਤੌਰ ਤੇ ਜਿਹੜੇ ਆ ਨਾ ਅਸੀਂ ਬਹੁਤ ਦੂਰ ਹੁੰਦੇ ਬੈਠੇ ਨਾ ਗੱਲਾਂ ਤੋਂ ਇੰਜ ਗੱਲਿਆ ਅੱਛਾ ਟਰੇਡਰਸ ਦਾ ਲਫ਼ਜ਼ੀ ਮਤਲਬ ਕੀ ਹੁੰਦਾ ਮੈਂ ਤਾਂ ਸ਼ਾਜੀ ਕੋਣੀ ਮੈਨੂੰ ਸਮਝਾਓ ਚਾ ਥੋੜਾ ਜਿਹਾ ਅੰਗਰੇਜ਼ੀ ਦਾ ਲਫ਼ਜ਼ ਹੈ ਨਾ ਟਰੇਡਰਸ ਹੂੰ ਇਹਦਾ ਮਤਲਬ ਸ਼ਾਇਦ ਕੋ ਬਿਕਾਉ ਸ਼ਾਇਦ ਕੋ ਅੱਛਾ ਆ ਦੁਕਾਨਾ ਸ਼ੁਕਰਨਾ ਤੇ ਰਹ ਹੁੰਦਾ ਨਾ ਮੈਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਏ ਕਿ ਅਸੀਂ ਐਡੇ ਦੂਰ ਹੁੰਦੇ ਬੈਠੇ ਆ ਇੱਕ ਜਗ੍ਹਾ ਤੇ ਲਿਖਿਆ ਸਰਗੋਦਾ ਟਰੇਡਰ ਇੰਜ ਗੱਲ ਯਾਰ ਸਰਗੋਦਾ ਬਿਕਾਉ ਤਾਂ ਕੋਈ ਨਹੀਂ ਅੱਛਾ ਏ ਵੀ ਬੜਾ ਤੁਸਾ ਜਨਾਬ ਕੱਢਿਆ ਵਿੱਚ ਵੱਡੀ ਕੀ ਦੁਕਾਨ ਤੇ ਵੱਡੀ ਸਾਰੇ ਤੇ ਲਿਖਿਆ ਜ਼ਮੀਰ ਟਰੇਡਰ ਯਾਰ ਕਿਉਂ ਜ਼ਮੀਰ ਵਿਕਣ ਵਾਲੀ ਥਾਂ ਹੈ ਕੋਈ ਵਿਕਣ ਵਾਲੀ ਸ਼ਾਇ ਹੈ ਅੱਛਾ ਇਹ ਨਿਸ਼ਾਨਦੇਹੀ ਦੀ ਜ਼ਰੂਰਤ ਹੈ ਸ਼ਾਹੀਨਾਂ ਚੀਜ਼ਾਂ ਦੀ ਵੱਦ ਸਾਡਾ ਜ਼ਮੀਰ ਇੱਡਾ ਸਵੱਦੀ ਹੋਇਆ ਪਿਆ ਵਾਕੀ ਜ਼ਮੀਰ ਟਰੇਡਰ ਹੋਇਆ ਪਿਆ ਦੁਕਾਨਾਂ ਦੇ ਉੱਤੇ ਲਿਖਿਆ ਹੈ ਅਲੀ ਸ਼ੂਜ਼ ਓਹੋ ਹੋ 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 ਮੁਹੰਮਦੀ ਹੋਟਲ ਲਿਖਿਆ ਹੈ ਅੰਦਰ ਅਸੀਂ ਫੱਕ ਨੂੰ ਜਨਾਬ ਰੰਗ ਲਾ ਕੇ ਤੇ ਬਾਏ ਪਾ ਅਸੀਂ ਗੱਦੇ ਪਾ ਮਰਚਾਂ ਦੇ ਵਿੱਚ ਇੰਜ ਗੱਲ ਹੈ ਮੁਹੰਮਦੀ ਜਰਨਲ ਸਟੋਰ ਲਿਖਿਆ ਤੇ ਅੰਦਰ ਅਸੀਂ ਆਟੇ ਦੇ ਵਿੱਚ ਦੂਜਾ ਮਾਲ ਬਣਾਈਂਦੇ ਪਰ ਅਸੀਂ ਤਾਲੀਬਾਂ ਤੇ ਮੁਹੰਮਦੀ ਤੇ ਕਿਤਨਾ ਕੀ ਯਾਰ ਅਮਲ ਪਾ ਕਰਦੇ ਇੰਜੇ ਗੱਲ ਹੈ ਅਸੀਂ ਮਦੀਨਾ ਹੋਟਲ ਹੈ ਹਾਂ ਤੇ ਅੰਦਰ ਜਨਾਬ ਜਿਹੜੀ ਚਾਹ ਪੇਸ਼ ਕੀਤੀ ਜਾ ਰਹੀ ਹੈ ਦੂਏ ਥਰੀ ਜਿਹੜਾ ਬਾਹਰ ਮਾਸ਼ਾਅੱਲਾ ਲਿਖ ਛੜਣਾ ਕੁਰਾਨੀ ਆਇਤ ਲਿਖ ਦੇਣੀ ਔਰ ਇਹ ਅਸੀਂ ਕੋਈ ਮਖਸੂਸ ਗੱਲਾਂ ਨਹੀਂ ਕਰ ਰਹੇ ਇੱਕ ਰੁਟੀਨ ਦੀਆਂ ਗੱਲਾਂ ਜਿਹੜੀਆਂ ਕਿ ਮਤਲਬ ਇਸ ਇਹਨਾਂ ਉੱਤੇ ਅਸਾਂ ਤਵੱਜੂ ਦਿਲਾਉਣ ਵਾਸਤੇ ਸਾਡੀ ਧਰਤੀ ਦਾ ਇੱਕ ਹੋਜੇ

ਤੁਸੀਂ ਬੁਰਾਈ ਕਰਦੇ ਹੋ ਨਾ ਬਹਿਣ ਬਿਰਾਦ ਦਾ ਹੋਰ ਤੇ ਹੋਰ ਖਾਣ ਪੀਣ ਤੋਂ ਬੜੀ ਦੂਰ ਦੀ ਗੱਲ ਹੈ ਅਗਰ ਤੁਸੀਂ ਆਪਣੇ ਬਹਿਣ ਬਿਰਾਦ ਦਾ ਸ਼ਿਕਵਾ ਹੀ ਗੀਬਤ ਹੀ ਕਰਦੇ ਤਾਂ ਮੈਂ ਤੁਸੀਂ ਐਂ ਜੀ ਸਮਝੋ ਕਿ ਤੁਸੀਂ ਆਪਣੇ ਲੱਗੇ ਤੇ ਬਹਿਣ ਬਿਰਾਦ ਦਾ ਗੋਸ਼ਤ ਖਾਧਾ ਅੱਛਾ ਅਗਰ ਤੁਸੀਂ ਦੁਨਿਆਵੀ ਗੱਲਾਂ ਸਾਜੀ ਵੇਖੋ ਨਾ ਜੀ ਹਾਂ ਤਾਂ ਅਸਾਂ ਆਪਣੇ ਹਕੂਕ ਰੱਖੇ ਹੋਏ ਅਗਰ ਕਿਸੇ ਕੋਈ ਤੁਸੀਂ ਆਪਣੇ ਇਥੇ ਅਦਬ ਤੋਂ ਲੈ ਲਓ ਕਿ ਅਸੀਂ ਇੱਕ ਸ਼ਾਇਰ ਦੂਏ ਦਾ ਦੋੜਾ ਜਿਹੜਾ ਉਹਦੇ ਵਿੱਚ ਨਾਂ ਨਹੀਂ ਲਾ ਸਕਦੇ ਇਹ ਕਰਦੇ ਹਾਂ ਕਿ ਨਹੀਂ ਨਾ ਕਰ ਸਕਦੇ ਅਸਾਂ ਇਸੇ ਤਰੀਕੇ ਕੋਈ ਅਗਰ ਕਿਸੇ ਦੀ ਕੋਈ ਚੀਜ਼ ਕਿਸੇ ਜੁੱਤੀ ਬਣਾਈਏ ਤਾਂ ਉਹ ਨਾ ਦੋਈ ਜੁੱਤੀ ਤੇ ਨਹੀਂ ਲਿਖੀ ਸਕਦਾ ਮਤਲਬ ਹੈ ਅਗਰ ਕਿਸੇ ਦਾ ਹੋਇਆ ਹਿਸਾਬ ਮਤਲਬ ਕਿਸੇ ਦਾ ਨਾਂ ਜਿਹੜਾ ਉਹ ਹਾਂਜੀ ਕਿਸ ਵਜ੍ਹਾ ਤੋਂ ਇਸ ਵਜ੍ਹਾ ਤੋਂ ਕਿ ਸਾਡਾ ਨਾਮ ਬਦਨਾਮ ਨਾ ਹੋਵੇ ਅਗਰ ਕੋਈ ਇਸ ਦਾ ਮਤਲਬ ਇਹ ਇਸ ਇਹ ਨਾਂ ਲੈ ਕੇ ਕੋਈ ਅਗਰ ਕੋਈ ਨਾਕਿਸ ਚੀਜ਼ ਬਣਾਉਂਦਾ ਹੈ ਹਾਂ ਤਾਂ ਸਾਡਾ ਨਾਮ ਵੀ ਬਦਨਾਮ ਹੋਸੀ ਭਾਈ ਉਸ ਦਾ ਬਤੌਰੇ ਮੁਸਲਮਣ ਅੱਛਾ ਇਸ ਚੀਜ਼ ਨੂੰ ਅਗਰ ਤੁਸੀਂ ਵਿਕ ਹੋ ਤਾਂ ਮੇਰੇ ਨਬੀ ਦਾ ਨਾਮ ਲਿਖ ਕੇ

ਅੱਲਾਹ ਕਰੀਮ ਜਿਦ ਤੜਿਆ ਖੜਾ ਨਾ ਹਾਂ ਭਾਈ ਤੂੰ ਅੱਜ ਮੈਂ ਇੱਕ ਜਗ੍ਹਾ ਤੇ ਗਿਆ ਸੋਚ ਆਉਂਦਿਆਂ ਪ੍ਰੋਗਰਾਮ ਤੋਂ ਪਹਿਲੇ ਦੋ ਬੈਲੀ ਬੈਠੇ ਹੋ ਜਾਣ ਹਮ ਬੜੇ ਖਲੂਸ ਨਾਲ ਮਿਲੇ ਮੈਂ ਕਿ ਸੁਣਾ ਪੁੱਤਰਾ ਕੀ ਹਾਲ ਨਹੀਂ ਉਸ ਇਮਰਾਨ ਨਾਲ ਗੱਲ ਬਣ ਰਚੋ ਉਸਾ ਕਹ ਬਾਬਾ ਜੀ ਠੀਕ ਆ ਉਹ ਤੇ ਕੋਲੇ ਕੋਈ ਸ਼ਖਸੀਅਤ ਵੀ ਆ ਅੱਛਾ ਤੇ ਦੇ ਮਾਰ ਸਾਢੇ 4 ਸਿਗਰਟ ਬੋਰੇ ਪਿਆ ਮੈਂ ਕਬ ਗੱਲ ਸੁਣਾ ਹਮ ਇਹ ਜਿਹੜਾ ਤੂੰ ਕਰਦਾ ਪਿਆ ਤੈਨੂੰ ਇਹ ਬੰਦੇ ਆਈ ਤੇਰੇ ਵਿੱਚ ਕੋਈ ਨਹੀਂ ਅੱਛਾ ਤੇਰੇ ਮਾਪੇ ਉਡੀਕਦੇ ਪਾਉਣੇ ਨੇ ਕਿ ਭਾਈ ਨਾ ਸਾਡਾ ਪੁੱਤਰ ਧੀ ਹੈ ਜੋ ਕੁਝ ਵੀ ਆ ਰੋਜ਼ੀ ਰਜ਼ਕ ਕਮਾ ਕੇ ਲਿਆਉਂਦਾ ਤੂੰ ਆਪਣੇ ਆਪ ਨੂੰ ਅਸਾਂ ਅਕਜੀ ਅੱਲਾਹ ਕਰੀਮ ਗੁਨਾਹਾ ਤੋਂ ਮੈਂ ਕਬਰੇ ਦਿਲ ਪਕਰਦਾ ਮੈਂ ਲਿੱਤਰ ਲਾ ਲਈ ਅੱਛਾ ਗੁਨਾਹ ਕਰਦਾ ਵੀ ਪਿਆ ਤੇ ਤੂੰ ਅੱਲਾਹ ਕੋਲ ਮਾਫੀ ਵੀ ਮੰਗਦਾ ਪਿਆ ਮੈਂ ਕ ਮੇਰੇ ਦਿਲ ਵਿੱਚ ਪਕਰਦਾ ਮੈਂ ਪੌਲਾ ਲਾ ਨਹੀਂ ਤੇ ਮਾਰ ਕੇ ਨਾ ਮੈਂ ਤੇਰੇ ਸੱਤ ਗੇੜ ਕੇ ਬਾਤ ਭੁੱਲ ਮੈਂ ਹਾਂ ਨਾ ਮੈਂ ਸੇਰੂ ਸ਼ੁਰੂ ਕਰ ਲੈ ਮੈਂ ਸੇਰੂ ਮੋਟੂ ਕੁੱਟੂ ਸ਼ੁਰੂ ਕਰ ਦੇ ਕਾਲ ਲੈ ਲਈ ਅਸ਼ਾ ਜੀ ਹੈਲੋ ਅਸਲਾਮੁਅਲੈਕੁਮ ਰahmatullahi ਬਰਕਾਤੁਹ ਜੀ ਵਾਲੇਕੁਮ ਅਸਲਾਮ ਸਰਕਾ ਬਾਤ ਚ ਮੁਹੰਮਦ ਅਮੀਨ ਅਨਵਰ ਬੋਲ ਰਿਹਾ ਜੀ ਜਨਾਬ ਅਮੀਨ ਅਨਵਰ ਸਾਹਿਬ ਜੀ ਆਇਆ ਨੂੰ

اسی अपने اپ نو مسلمان اخوان دے حقدار ہیں صحیح ویسے زہر اگر اے چیز کا لے لیے شاہ جی ہیلو اسلام علیکم اجاز را صاحب کی حال وعلیکم السلام جی کون تے کیتھو جناب لیک پر گل ਤੇ ਜੀ ਜੇ ਮੈਂ ਤੁਹਾਨੂੰ ਇੱਕ ਗੱਲ ਕਹਿਰ ਕਰ ਲੈਣਾ ਕਿ ਸਾਡਾ ਨਾ ਕਿੰਨਾ ਦਾ ਕਲਚਰ ਬਣਿਆ ਖਲਾ ਮੈਂ 10 ਦਿਨ ਪਹਿਲੇ ਦੀ ਗੱਲ ਹੈ ਕਿ ਜੇ ਕਰਤੇ ਗਿਆ ਤੇ ਉੱਥੇ ਨਾ ਬਸ ਕੰਡਾਰ ਨਾਲ ਨਾਲ ਗੱਲਬਾਤ ਹੋਦੀ ਕਮਾਲ ਲੈਣ ਅੱਛਾ ਉੱਥੇ ਨੇ ਇੱਕ ਮੰਗਣ ਵਾਲਾ ਆਇਆ ਰੋਟੀ ਦਾ ਟਾਈਮ ਸੀ ਉਹਨੇ ਕਿਹਾ ਯਾਰ ਮੈਨੂੰ ਨਾ ਰੋਟੀ ਤੇ ਦਿਓ ਤੁਸੀਂ ਜੋ ਖਾਣ ਲੱਗੇ ਹੋ ਤੇ ਮੈਨੂੰ ਵੀ ਦਿਓ ਹਾਂ ਮੈਂ ਉਹਨੂੰ ਕਿਹਾ ਵੀ ਯਾਰ ਗੱਲ ਇੱਕ ਹੀ ਦੇ ਦਿਓ ਰੋਟੀ ਖਾਣ ਚ ਲੱਗੇ ਦਿਨ ਦੀ ਬੀਨੂ ਦੇ ਟਟੋ ਹਾਂ ਉਹ ਬੰਦਾ ਮੈਨੂੰ ਬਣਾਸ ਪਾਰ ਕੇ ਕਹਿ ਰਿਹਾ ਕਹਿੰਦਾ ਯਾਰ ਇਹ ਤਾਂ ਰੋਜ਼ ਦਾ ਕੰਮ ਹੈ ਓਏ ਹੋਏ 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 ਮੈਂ ਕਿਹਾ ਯਾਰ ਤੁਸੀਂ 6 ਮਹੀਨੇ ਬਾਅਦ ਖਾਂਦੇ ਹੋ ਤੁਹਾਡਾ ਵੀ ਤੇ ਰੋਜ਼ ਦਾ ਕੰਮ ਹੈ ਤੁਸੀਂ ਵੀ ਰੋਜ਼ ਖਾਂਦੇ ਤੂੰ ਖੋਫੇ ਖੁਦਾ ਕਰੋ ਯਾਰ ਇਹ ਆਏ ਤੇ ਨਸੀਬ ਦਾ ਨਿਵਾਲਾ ਹੈ ਨੂੰ ਦਿਓ ਮਕਸਦ ਹੈ ਕਿ ਯਾਰ ਸਾਡੇ ਅੰਦਰ ਅਹਿਸਾਸ ਖਤਮ ਹੋ ਗਿਆ ਅੱਲਾਹ ਪਾਕ ਸਾਡੇ ਨਾਲ ਲਾ ਜੀ ਬਹੁਤ ਜੀ ਬੜੀ ਸੋਹਣੀ ਤੁਸੀਂ ਜਨਾਬ ਇਹ ਗੱਲ ਕੀਤੀ ਔਰ ਵਾਕਿਆ ਵੇਖੋ ਅੰਦਾਜ਼ਾ ਕਰੋ ਸ਼ਾ ਜੀ ਲਾ ਜੀ ਗੱਲ ਹੈ ਕਿ ਦੁਨੀਆ ਅਜੇ ਤੱਕ ਕਿਉਂ ਸਲਾਮਤ ਹੈ ਬਸ ਇਹ ਚੀਜ਼ ਹੈ ਅਜੇ ਕਰੀ ਮਾਲਕ ਕੁਝ ਬੰਦੇ ਚੰਗੇ ਵੀ ਛੱਡ ਗਏ ਅੱਜ ਆਉਂਦੇ ਆ ਮੈਂਨੇ ਕੋਲਾ ਮਯਦੀਨ ਨਾ ਦਾ ਬੰਦਾ ਅੱਛਾ ਉਹ ਦਾ ਥਲਵਾ ਤੜ ਕੰਮ ਕੋਈ ਨਹੀਂ ਕਰਦਾ ਅੱਛਾ ਰਕਸ਼ੇ ਜਿਹੜਾ ਵੈਸਪਾ ਰਕਸ਼ਾ ਨਹੀਂ ਹੁੰਦਾ ਜਿਹੜਾ origignal ਹੋ ਜਪਾਨੀ ਰਕਸ਼ਾ ਉਹਦੇ ਨਾਲ ਜਨਾਬ ਨੇ ਰਕਸ਼ਾ ਖੜਾ ਕੀਤਾ ਫੁੱਟਪਾਥ ਦੇ ਤੇ ਆਪ ਉੱਤੇ ਫੁੱਟਪਾਥ ਤੇ ਬੈਠਾ ਮੈਂ ਉਹਦੇ ਕੋਲ ਲੱਗਾ ਗਿਆ ਤੇ ਮੈਨੂੰ ਪੁੱਛਿਆ ਮੈਂ ਕਿ ਭਲਾ ਹੋ ਵੀ ਹੈ ਕਿ ਇਹਦੇ ਕੋਲ ਬੈਠਾ ਕੋ ਰਕਸ਼ਾ ਵਾਲਾ ਭਾਗ ਹੋ ਸਕਦਾ ਤੁਹਾਨੂੰ ਸਵਾਰੀ ਤੇ ਨਹੀਂ ਚਾਹੀਦੀ ਅੱਛਾ ਮੈਂ ਕਿਹਾ ਖੈਰ ਤੇ ਆਈ ਸਖਾ ਜੀ ਮੇਰਾ ਰਖਸ਼ਾ ਹੈ ਤੇ ਮੈਂ ਰਖਸ਼ੇ ਤੋਂ ਬਾਹਰ ਜਾਣ ਆ ਕੇ ਤੇਰਾ ਮੈਂ इजीली ਹੋਇਆ ਅੱਛਾ ਸਖਾ ਜੀ ਥਲਵਾ ਧੜ ਕੋਈ ਨਾ ਉਹਦਾ ਧਲਵਾ ਧੜ ਕੋਈ ਨਹੀਂ ਵਾਹ 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 ਯਾਨੀ ਲੱਤਾਂ ਜਿਹੜੀਆਂ ਨੇ ਉਸ ਦੀਆਂ ਜਾਂ ਕਟੀ ਗਈਆਂ ਜਾਂ ਜਮਾਦਰ ਕੋਈ ਨਹੀਂ ਮੈਂ ਲੇਕਨ ਜਮਾਦਰ ਪੋਲੀਓ ਨਹੀਂ ਹੋਵਿੰਦਾ ਜੀ ਅੱਛਾ ਅੱਛਾ ਉਹ ਪਦਾਸ਼ੀ ਮਾਜ਼ੂਰ ਅੱਛਾ ਉਸ ਆਖਿਆ ਭਾਈ ਗੱਲ ਇਹ ਕਿ ਸਖਾ ਜੀ ਪਹਿਲੇ ਮੈਂ ਟਾਂਗਾ ਚ ਲੈਿੰਦਾ ਉਦਾਸ ਅੱਛਾ ਤਾਂ ਤੂੰ ਜਿਹੜੀ ਬੜੀ ਵੱਡੀ ਮੱਗੀ ਤੇ ਮੱਗੀ ਸਵਾਰੀ ਹੁੰਦੀ ਆਈ ਨਾ 15 ਤੋਂ 20 ਰੁਪਈਆ ਹੁਣ ਮੈਂ ਰੱਖਿਆ ਕਿਸੇ ਕੋਲੋਂ ਲਿਆਇਆ ਤੁਹਾਨੂੰ ਉਹਨੂੰ ਕੀ ਆਦਤ ਨੇ ਲੈਣ ਨੂੰ ਉਹ ਸ਼ਿਫਟ ਤੇ ਲੈ ਹੋਇਆ ਮੈਂ ਸ਼ਿਫਟੋ ਮਤਲਬ ਉਹ ਸ਼ਿਫਟ ਲਿਆ ਹਾਂ ਹਾਂ ਸ਼ਿਫਟ ਕਿ ਭਾਈ ਆ ਪੰਜਾਬੀ ਚ ਐਸੇ ਭਾਈ ਉਹ ਮੈਂ ਸ਼ਿਫਟ ਤਾਂ ਲਿਆ ਆਇਆ ਜੀ ਤੇ ਇਹਦੇ ਨਾਲ ਮੈਂ ਇਹ ਕਰਦਾ ਕਿ ਮੈਂ ਸ਼ਾਮ ਨੂੰ ਕਮੈਨਾ ਬੱਚਿਆਂ ਵਾਸਤੇ ਰੋਜ਼ੀ ਆਪਣੇ ਵਾਸਤੇ ਉਸੇ ਦੇ ਵਿੱਚ ਸ਼ਿਫਟ ਵੀ ਕਰ ਲਿਆ ਉਹਨੂੰ ਮੈਂ ਉਹ ਸ਼ਿਫਟ ਵੀ ਦੇਣਾ ਤੇ ਮੈਂ ਜਾ ਕੇ ਰੱਖਿਆ ਵੀ ਜਾ ਕਰ ਖੜਾ ਪਿਆ ਕਰਨਾ ਤੇ ਅਲਹੁਦੁਲillah ਮੈਨੂੰ ਕਰੀਮ ਮਾਲਕ ਯਾਰ ਸਾਡੇ ਹਾਲਾਤ ਨੇ ਇਹਨੂੰ ਲੋ ਇਹੋ ਜਿਹੇ ਬੰਦਿਆਂ ਨੂੰ ਆ ਤੇ ਤਾਲਿਮਾਤ ਮੁਹੰਮਦੀ ਤੇ ਅਮਲ ਕਰਨ ਵਾਲੇ ਲੋਕ ਇੰਜੇ ਗੱਲ ਅਜੇ ਹਾਲਤ ਐਸੇ ਨੇ ਅਸੀਂ ਸਾਡੀ ਕੋ ਜ਼ਿਹਨੀ ਤੌਰ ਤੇ ਅਸੀਂ ਪਸਤੀ ਦਾ ਸ਼ਿਕਾਰ ਹੋ ਚੁੱਕੇ ਹਾਂ ਖੁਦਾ ਨਖਾਸਤਾ ਉਂਗਲ ਤੋਂ ਕੋ ਫਰਮਣੀ ਸ਼ਰਮਣੀ ਨਿਕਲ ਆਈ ਕੋ ਗੜ ਨਿਕਲ ਆਇਆ ਕੋ ਹੱਥ ਉੱਤੇ ਜਨਾਬੇ ਪਲਸਟਰ ਹੋਇਆ ਹੁੰਦਾ ਹਾਂ ਪਲਸਟਰ ਕਰਾ ਕੇ ਚੰਗਾ ਭਲਾ ਬੰਦਾ ਮੰਗਣ ਲੱਗ ਪੁੰਦਾ ਲੇਕਿਨ ਉਸ ਬੰਦੇ ਦਾ ਸਦਕ ਵੇਖੋ ਯਾਰ ਇਹੋ ਜੇ ਬੰਦੇ ਸਾਡੇ ਵਾਸਤੇ ਮੀਲ ਪੱਥਰ ਦਾ ਦਰਜਾ ਰੱਖਦੇ ਨੇ ਅੱਲਾ ਇਹਨੂੰ ਸਲਾਮਤ ਅੱਛਾ ਅੱਛਾ ਜੀ ਅਕਸਰ ਤੁਸੀਂ ਸਵੇਰੇ ਆ ਬੰਦਾ ਚੌਕਾਂ ਦੇ ਵਿੱਚ ਮਜ਼ਦੂਰ ਹੁੰਦੇ ਆ ਅੱਛਾ ਜਿਹੜਾ ਇਹ ਨਾ ਕੰਮ ਕਰਨ ਵਾਲਾ ਜੀ ਹਾਂ ਉਹ ਤਾਂ ਕੋਈ ਬੰਦਾ ਆਮ ਵੀ ਵੰਜੇ ਨਾ ਤੇ ਉਹਨੂੰ ਮਤਲਬ ਹੈ ਭਾਜੀ ਕਿਤੇ ਦੇ ਕੋਲ ਵੈਸੀ ਭਾਈ ਤਾਂ ਮਜ਼ਦੂਰ ਚਾਹੀਦਾ ਹਾਂ ਜੀ ਤੇ ਕਈ ਬੰਦੇ ਐਸੇ ਵਿੱਚ ਹੈ ਨੇ ਜਿਹੜੇ ਕਿ ਉਹ ਕੰਮ ਕਰ ਵਾਸਤੇ ਲੈਣ ਵੀ ਕੋਈ ਆਵੇ ਤੇ ਉਹਦੇ ਕੋਲ ਛੱਪਦੇ ਵਦੇ ਹੁੰਦੇ ਆ ਹਾਂ ਮਤੇ ਵੇਖ ਯਾਰ ਮੇਰੇ ਮਤਲਬ ਹੀ ਨਾ ਵੰਜੇ ਅੱਛਾ ਉਹਨਾਂ ਦਾ ਰੂਟੀਨ ਉਹਨਾਂ ਦੀ ਕੀ ਹੈ ਸ਼ਾਹੀ ਖੈਰੀ ਮੇਰੀ ਹੱਟੇ ਕੱਟੇ ਅੱਛਾ ਸਮਾਂ ਦੇ ਉਨਦੀ ਰੁਟੀਨ ਇਹ ਵੇ ਕਿ ਜਨਾਬ ਉੱਥੇ ਬੈਸਰ ਬੈਠੇ ਰਹਸੇ ਨਾ ਦਿਖਾਵੇ ਵਾਸਤੇ ਹਾਂ ਸ਼ਾਮ ਨੂੰ ਜਨਾਬ ਉਹ ਮੇਰੀ ਆਈ ਦਿਹਾੜੀ ਨਹੀਂ ਲੱਗੀ ਜਿੱਤੇ ਅਮਨਦੇਓ ਜਿੱਤੇ ਅੱਛਾ ਇੱਕ ਹੋਰ ਗੱਲ ਇਹ ਮੋਢੇ ਤੋਂ ਤਬਿਲ ਚਾਤਰ ਰਹੇ ਹਾਂ ਬਿਲਕੁਲ ਜਨਾਬ ਬਿਲਕੁਲ ਆਪਣੇ ਰੱਛ ਲਈ ਵਧੇ ਹੁੰਦੇ ਔਰ ਕਪੜੇ ਬੜੇ ਸੁਤਰੋ ਬਿਲਚਾ ਕੱਲ ਰਾਜ ਅੱਛਾ ਵਾਤੋ ਕਰਨ ਵਾਲੇ ਜਿਹੜੇ ਨਾ ਆਸ਼ਾ ਜੀ ਉਹ ਵੇਖਦੇ ਨੇ ਉਹ ਅਖਦੇ ਨੇ ਕਿ ਵਾਕਿਆ ਵਿਚਾਰਾ ਸਵੇਰੇ ਬੈਠ ਹੋ ਜਾਂਦਾ ਹਾਇ ਇੱਥੇ ਇਹਦੀ ਵਾਕਿਆ ਦਿਹਾੜੀ ਨਹੀਂ ਲੱਗੀ ਅੱਛਾ ਉਹ ਜਿਹੜੇ ਉਹਨਾਂ ਨੂੰ ਜਾਣਦੇ ਨੇ ਨਾ ਜਿਹੜੇ ਇਹਦੀ ਕਿੰਨੀ ਦੀ ਰੂਟੀਨ ਹੈ ਮਤਲਬ ਸ਼ਾਮ ਨੂੰ ਆਪਣੀ ਦਿਹਾੜੀ ਇੱਥੋਂ ਪੂਰੀ ਕਰਨੀ ਮੰਗ ਕੇ ਕਮਰਸ਼ਲ ਮੰਗਤੇ ਹਾਂ ਉਹ ਵਾਤ ਉਹਨਾਂ ਨੂੰ ਕੋਈ ਚੀਜ਼ ਨਹੀਂ ਦਿੰਦੇ ਅੱਛਾ ਤੁਸੀਂ ਵੇਖੋ ਨਾ ਮਿਸਾਲ ਤੌਰ ਤੇ ਅਸੀਂ ਆਏ ਸਦੋਮੇ ਅਕੇ ਤਾਂ ਨਕ ਤਾਂ ਕਬੀਟੀ ਲੱਗੀ ਉਸੇ ਕੋ ਕਪੜਿਆਂ ਨੂੰ ਕੋ ਝਾੜੂ ਕੱਪਾ ਲੱਗਾ ਉਸੇ ਜਿਹੜੇ ਉਹਨਾਂ ਦੇ ਕੋ ਰੱਛ ਹੁੰਦੇ ਨਹੀਂ ਉਹ ਵਰਤੇ ਕੋਈ ਨਹੀਂ ਹੁੰਦੇ ਜਿਹੜਾ ਰੱਛ ਵਰਤੀ ਨਾ ਤੂੰ ਦੱਸਦਾ ਪਿਆ ਨਾ ਉਹ ਉਹ ਇੱਕ ਵਾਰੀ ਮੇਕਨ ਸਾਹਿਬ ਇੱਕ ਪ੍ਰੋਗਰਾਮ ਵਿੱਚ ਆਖਿਆ ਬਈ ਹੱਡ ਹਰਾਮੀ ਆ ਗਈ ਹੈ ਸਾਥੇ ਬਿਲਕੁਲ ਧੁੱਤੇ ਸੁਥਰੇ ਕਈਆਂ ਜਜ਼ਹਿਰ ਉਹਨਾਂ ਜਦਾ ਕੰਮ ਕਰਨਾ ਹੀ ਨਹੀਂ ਸ਼ਾਹੀ ਤਵਾ ਤੋਂ ਬਿਲਚ ਕਿੱਥੋਂ ਇਸਤੇਮਾਲ ਹੋਣ ਤੇ ਕਿੱਥੋਂ ਉਹ ਤਾਂ ਉਹਨਾਂ ਦਿਖਾਵੇ ਵਾਸਤੇ ਲੇ ਹੋ ਜਾਂਦੇ ਤੇ ਵੈਸੇ ਤੇ ਅੱਲਾਹ ਪਾਕ ਦੀ ਜ਼ਾਤ ਦੇ ਇੱਕ ਅਲਕਾਸਬ ਹਬੀਬullah ਕਿੱਥੋਂ ਕਿੱਥੋਂ ਮਦਦ ਦੇਣਾ ਉਸ ਨੂੰ ਜਿਹੜਾ ਤੁਸੀਂ ਦੱਸਦੇ ਪਿਓ ਕਿ ਉਹ ਦੇ ਜਨਾਬ ਦੋਵੇਂ ਪੈਰ ਨਾ ਹੋਣ ਦੇ ਬਾਵਜੂਦ ਵੀ ਉਹ ਆਪਣੇ ਬੱਚਿਆਂ ਵਾਸਤੇ ਆਪਣੇ ਵਾਸਤੇ ਆਪਣੇ ਪਰਿਵਾਰ ਵਾਸਤੇ ਜਨਾਬ ਉਹ ਮਜ਼ਦੂਰੀ ਕਰਕੇ ਕਰਦਾ ਪਿਆ ਕਾਲ ਲੈ ਲਈ ਸ਼ਾ ਜੀ ਹੈਲੋ ਅਸਲਾਮੁਅਲੈਕਮ ਜੀ ਵਾਅਲੈਕਮ ਅਸਲਾਮ ਅਜੀ ਅਨਵਰ ਅਲੀ ਚੀਮਾ ਰਮਾਨਪੁਰੇ ਤੋਂ ਬੋਲ ਰਿਹਾ ਜੀ ਅਨਵਰ ਅਲੀ ਚੀਮਾ ਸਾਹਿਬ ਜੀ ਆਇਆ ਨਾ ਅੱਜ ਤੁਹਾਡਾ ਜ਼ਿਕਰ ਹੋ ਰਿਹਾ ਹੈ ਤੇ ਮੈਂ ਇੱਕ ਗਵਾਢੀ ਨੂੰ ਆਪਣੇ ਬੱਚੇ ਨੂੰ ਆਖਿਆ ਮੈਂ ਕਿ ਦੋ ਬੰਦੇ ਆਉਂਦੇ ਨੇ ਸਾਡਾ ਦਿਲ ਬੜਾ ਖੁਸ਼ ਕਰਿੰਦੇ ਨੇ अच्छा आख्या हाँ। अच्छा। ना दसो मैं मोमन शाह आजाद राज हाँ। उस आखिया मैं तो होले हाल करा सा आज तुम कार ਹਾਂ ਜੀ ਸੈਫ ਖਾਨ ਮੇਰੇ ਬੜੇ ਮੁਹੱਬਤ ਕਰਨ ਵਾਲੇ ਜੀ ਨੇ ਜੀ ਅੱਲਾਹ ਕਰੇ ਹਾਂ ਕੀ ਕੀ ਮੈਂ ਕਹਾਂ ਜੀ ਬੜਾ ਸਾਡਾ ਦਿਲ ਖੁਸ਼ ਕਰਨ ਦੇ ਹਾਂ ਜੀ ਉਹ ਮੁਹੱਬਤ ਕਰਨ ਵਾਲੇ ਜੀ ਨੇ ਜੀ ਮੇਰਾ ਗਵਾਢੀ ਹੈ ਜੀ ਸਾਡਾ ਅਜ਼ੀਜ਼ ਵੀ ਹੈ ਆਪਣਾ ਉਹ ਤੁਹਾਡਾ ਗਵਾਢੀ ਤੇ ਮੇਰੀ ਸਹੇਲੀ ਨੇ ਉਹ ਹਾਂ ਮੇਰਾ ਬੇਲੀ ਹੈ ਅੱਲਾਹ ਪਾਕ ਸਲਾਮਤ ਰੱਖੇ ਜੀ ਮਸਾਤ ਤੋਂ ਜੀ ਬਹੁਤ ਸ਼ੁਕਰੀਆ ਜੀ ਧੰਨਵਾਦ ਅੱਛਾ ਅਸੀਂ ਸ਼ਰੀਅਤ ਮੁਹੰਮਦੀ ਤੇ ਕਿਤਨਾ ਕਮਲ ਪੈ ਕਰਦੇ ਇਸੇ ਇੰਜੇ ਗੱਲ ਹੈ ਅਸਾਂ ਉਹ ਲਿਤਰਾ ਤੋਂ ਗੱਲ ਆਈ ਹਾਂ ਸਾਨੂੰ ਬੜੇ ਪਬਲੇ ਪਾਉਣੇ अच्छा सा जी बड़े मैं एक जगह पे पढ़ा कि जिस बंदे ਦੇ ਨਾਂ ਨਾਲ ਮੁਹੰਮਦ ਲਿਖਿਆ ਹੈ ਹੂੰ ਹੂੰ ਇਹਰਾ ਮਤਲਬ ਲਾ ਲਵਨੀ ਤੇ ਨਾਂ ਨੂੰ ਲੱਜ ਜੇ ਗੁਰ ਬੰਦਾ ਦੁੱਧ ਖਿੱਚ ਲੱਗਾ ਜਾ ਹਾਂ ਇਹ ਤਾਂ ਗੱਲ ਹੈ ਜੇ ਮੁਹੰਮਦ ਇਜਾਜ਼ ਹੈ ਜੇ ਨਾਂ ਨਾਲ ਮੁਹੰਮਦ ਹੈ ਤੇ ਇਸ ਨਾਂ ਦੀ ਲੱਜ ਪਿੱਛੇ ਇੱਕ ਦਿਹਾੜੇ ਸੁਖ ਤੇ ਲੱਭਣਾ ਲੇਕਿਨ ਪੜੋ ਕੀਤਿਆਂ ਤੇ ਜਨਾਬ ਉਹ ਫਰਿਸ਼ਟਿਆਂ ਲਾ ਸਾਡੇ ਜਨਾਬਾਂ ਲਾ ਜਾਂਬੇ ਦੇਣੇ ਨੂੰ ਹੁਣ ਅਸਾਂ ਇਸੇ ਗੱਲ ਦੇ ਉੱਤੇ ਸ਼ਾਹ ਜੀ ਨਾ ਰਵੀ ਐ ਨਾ ਕਿਹਾ ਸਾਉਣ ਜਨਾਬ ਨਾਂ ਦੇ ਨਾਲ ਮੁਹੰਮਦ ਲਾ ਲਿਆ ਤੇ ਅਸੀਂ ਜੋ ਮਰਜ਼ੀ ਜਨਾਬ ਦ੍ਰੀਕਾ ਦ੍ਰੀਕੀ ਵਤੀ ਐ ਨਹੀਂ ਜਿਹੜੀ ਅਗਲੀ ਗੱਲ ਬਈ ਅ ਮੈਂ ਅਗਲੀ ਗੱਲ ਪਿਆ ਕਰੈ ਨਾ ਤਾਂ ਪਤਾ ਕੀ ਹੋਣਾ ਫਰਿਸ਼ਤਾਂ ਦੇ ਕੋਲ ਜਨਾਬ ਚੰਗਾ ਗਸਾਂ ਦੇ ਹਿਸਾਬ ਨਾਲ ਲੰਮੇ ਲਿੱਤਰ ਹੋਣੇ ਹਮ ਉਹਨਾਂ ਆਖੜਾ ਬਈ ਇਹ ਆਉ ਹਸਤੀ ਐ ਜੀ ਤਾਂ ਨਾ ਤੁਹਾਡੇ ਨਾਂ ਦੇ ਨਾਲ ਆ ਤੁਹਾਨੂੰ ਲੱਜ ਨਹੀਂ ਆਈ ਇਹ ਸੰਦ ਖੁਸ਼ਫहमी ਹੈ ਸ਼ਾਹ ਜੀ ਬਈ ਤੁਹਾਨੂੰ ਲੱਜ ਨਹੀਂ ਆਈ ਤੁਸੀਂ ਨਾਂ ਰੱਖ ਕੇ ਬਿਸਨਦ ਪੁਣਾ ਕਰਦੇ ਪਹੇ ਕੀ ਆਖੜੇ ਨੇ ਲੰਮਿਆ ਕਾਦਿਓ ਦੂਏ ਜਨਾਬਲਾ ਦੇ ਮਾਰ ਸਾਢੇ 4 ਕਰਨ ਲੱਗ ਪੋਣਾ ਤੇ ਸਾਡੀਆਂ ਕੀਤੀਆਂ ਦੀ ਜਸਲ ਹੈ ਨਾ ਸਾਨੂੰ ਸਜ਼ਾ ਮਿਲ ਰਣੀ ਨੇ ਧੋਪਣਾ ਨੇ ਕਪੜਾ ਮਲ ਮਲ ਦਾ ਚੋਲਾ ਜਸਲ ਧੋਪ ਕੇ ਜਨਾਬ ਤੇਨ ਵੱਤ ਮਾਇਆ ਲਗਣੀ ਨਾ ਬਸ ਸਾਈਆਂ ਉਸ ਵੇਲੇ ਸਾਈ ਸਾਈ ਬਣਨਾ ਹੈ ਬਸ ਸਾਈਆਂ ਜਸਲ ਦਾ ਤੌਬਾ ਕਬੂਲ ਹੋਣੀ ਹੈ ਸਾਡੀ ਬਚਾ ਇਹ ਯਾਰ ਗੱਲ ਸੁਣ 100 ਲੀਟਰ ਵੀ ਖਾਵੇ ਬੰਦਾ 100 ਬਸਲ ਵੀ ਖਾਵੇ ਤੋ ਦਿਨ ਬੇਤਰ ਨਹੀਂ ਚੁੱਪ ਕਰਕੇ ਬਸਲ ਬੰਦਾ ਖਾ ਲੇ ਇੰਜੇ ਗੱਲ ਹੈ ਪਹਿਲੇ ਸੱਟੇ ਹੀ ਬਸਲ ਖਾ ਲੇ ਨਮਾਜ਼ ਜੜੀ ਹੈ ਨਾ ਇਹ ਪੱਕੀ ਪੀੜੀ ਗੱਲ ਹੀ ਨੇ ਕਿ ਭਈ ਆਈ ਆਈ ਦੇ ਕੰਮਾਂ ਤੋਂ ਰੁਕਦੀ ਬਿਲਕੁਲ ਕਿਵੇਂ ਰੁਕਦੀ ਹੈ ਸਬੂਤ ਇਸ ਗੱਲ ਦਾ ਇਹ ਹੈ ਇਹ ਨਾ ਆਖਿਆ ਕਿ ਮੈਂ ਇੱਕ ਵਾਰੀ ਨਾ ਬਾੜਾ ਮਾਰਕੀਟ ਚ ਗਿਆ ਤੋਂ ਨਾ ਕਹ ਲੈ ਨੀਮਾਜ਼ ਆਪਣੀ ਜਗ੍ਹਾ ਪਰ ਆਈਆ ਕਰ ਉਪਰ ਆਪਣੀ ਜਗ੍ਹਾ ਅੱਛਾ ਇਹ ਗੱਲ ਨਹੀਂ ਲੇਕਿਨ ਨਿਵਾਜ ਜਿਵੇਂ ਤੁਸੀਂ ਵੁਜ਼ੂ ਕਰਦੇ ਪਏ जिस तुम टूटी या नलके तो या वोजू शुरू किया गवाही देना मौला करीमा अरशद अन्ना मोहम्मद रसूल के मालिक मैं इस गल की गवाही देना कि नबी तेरा जरा पूरी कायनात मोहतबर और आखरी नबी है ਹਮਮ ਉਸ ਵੇਲੇ ਜੇ ਥੋੜੀ ਜਿਹੀ ਵੀ ਕੁਰਮ ਕੋਵੇ ਨਾ ਇਮਾਨ ਦੀ ਰੱਤੀ ਹੋਵੇ ਤੇ ਪਿਛਲੇ ਧੁੱਪਣ ਲੱਪੋਂਦਨ ਵੱਜ ਜਸਲੇ ਤੂੰ ਜੁਕਣਾ ਅੱਛਾ ਰਕੂ ਤੇ ਬਹਿਣਾ ਰਕੂ ਤੇ ਜਾਣਾ ਨਾ ਤੇ ਅੱਧ ਲੱਕ ਕੋ ਵਹਿਣਾ ਤੇ ਅੱਧਾ ਟੁੱਟ ਬਹਿਣਾ ਬੰਦਾ ਇੰਜ ਗੱਲ ਲੈ ਵੱਜਸਲੇ ਰਕੂ ਤੁਜੇ ਸਲੇ ਬਿਲਕੁਲ ਕਿਆਮੋ ਰਕੂ ਤਗ ਵਾ ਤੁਸੀਂ ਸਜਦੇ ਤੇ ਹੋਣਾ ਸਜਦੇ ਚ ਰਹਿਣਾ ਤੇ ਸਲਿੱਪ ਕਰ ਤਸੜ ਹੈ ਬਣਨਾ ਜਸਲੇ ਸਜਦੇ ਤੇ ਗਾਇਓ ਤੇ ਜਸਲੇ ਲਗਦਾ ਜਿਹੜਾ ਨਾ ਉਹ ਦੇ ਬੂਹੇ ਤੇ ਬੰਤਾ ਜਾ ਕੇ ਡੇ ਪਵੇ ਨਾ ਤੇ ਉਹ ਵਤ ਲੱਜ ਰੱਖ ਲਈ ਇੰਜ ਗੱਲ ਲੇਕਿਨ ਵਿਖਾਵਾ ਨਾ ਹੋਵੇ ਇੰਜ ਗੱਲ ਲੈ ਉਸ ਦੀ ਜ਼ਾਦੀ ਸੁਨਤ ਨਿਵਾਜ਼ ਪੜੀ ਜੜੀ ਬਿਲਕੁਲ ਸੁਨਤਾ ਵੀ ਹੋਈਆਂ ਫਰਜ਼ ਵੀ ਹੋਏ ਵਿੱਚ ਔਰ ਕੁਰਾਨ ਪਾਕ ਜਿਹੜਾ ਸਾਡਾ चीज तीजी अस्थि नबी पाकल फरम लगा बहना बेशक अच्छा। मौजूद रहागा लेकिन मैं अपनी आलेबा अहबै कुरान छी बैंक इन अदूं घुट के फती रखिया अच्छा असा इन अदूं तो वाझे हुए पे एकूल एक, एक ही उस्ताद ऐलान किया लाइब्रेरी बनाई अच्छा ਤੁਹਾਡੇ ਘਰ ਕਿਤਾਬਾਂ ਸ਼ਤਾਬਾ ਹੁਸਨ ਬੱਚਿਆਂ ਨੂੰ ਆਖਿਆ ਕਿ ਬਈ ਨਾ ਜਿਹੜੀ ਕਿਤਾਬ ਘੱਟ ਪੜੀ ਜਾਂਦੀ ਹੋਵੇ ਨਾ ਤੁਸੀਂ ਕੋਸ਼ਿਸ਼ ਕਰੋ ਕਿ ਬਈ ਉਹ ਕਿਤਾਬ ਵਾਲਾ ਸਾਡੀ ਲਾਇਬ੍ਰੇਰੀ ਤੇ زینت ਪੜੇ ਹਾਂ ਜਾਇਰੇ ਕੋਈ ਹੋਰ ਮਤਲਬ ਹੈ ਜਿਹੜਾ ਲਿਟਰੇਚਰ ਤੁਹਾਡੇ ਘਰ ਤਾਂ ਕਿ ਹੋਰ ਕੋ ਪੜ ਲਵੇ ਇੱਕ ਹਫਤੇ ਦਾ ਫਰਕ ਦੇ ਦਿੱਤਾ ਗਿਆ ਅੱਛਾ ਉਹ ਸਾਰਿਆਂ ਬੱਚਿਆਂ ਨੇ ਜਿੰਮੇ ਲੈ ਕੇ ਇੱਕ ਇੱਕ ਕਿਤਾਬ ਹਰ ਹਾਲਤ ਚ ਲੈ ਕੇ ਆਉਣੀ ਉਹ ਜਿਸ ਵੇਲੇ ਆਗੇ ਕਲਾਸ ਪੂਰੀ ਹੋ ਗਈ ਤੇ ਉਹ ਜਨਾਬ ਜਿਸਲੇ ਹੈਡਮਾਸਟਰ ਵੀ ਆਇਆ ਸਕੂਲ ਦਾ ਉਸਤਾਦ ਵੀ ਆਇਆ ਤੋ ਨਕਲ ਜੀ ਉਹਨੇ ਕਿਤਾਬਾਂ ਨੂੰ ਖੋਲ ਕੇ ਤੇ ਵੇਖੋ ਉਹ ਅਗਰ 90 ਸਟੂਡੈਂਟ ਆਣ ਤੇ ਉਹ 90 ਜੜੀਆਂ ਕਿਤਾਬਾਂ ਲੈ ਕੇ ਆਣ 90 ਦੇ 90 ਕੁਰਾਨ ਪਾਕ ਵਾ 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 ਨਹੀਂ ਹਾਲੋ ਪਿੱਟਣ ਵਾਲੀ ਗੱਲ ਹੈ ਰੋਣ ਵਾਲੀ ਗੱਲ ਹੈ ਸ਼ੁਕਰ ਹੈ ਕਿ ਉਹ ਵਾ ਵਾ ਮੈਂਸ ਤੋਂ ਕੀਤੀ ਹੈ ਸ਼ਾਹ ਜੀ ਕੇ ਸ਼ੁਕਰ ਹੈ ਉਹ 90 ਘਰਾਂ ਚ ਕੁਰਾਨ ਪਾਕ ਨਿਕਲ ਆਇਆ ਕਿਉਂ ਲੈ ਕੇ ਆਏ ਉਸਤਾਦ ਆਖਿਆ ਜਿਹੜੀ ਕਿਤਾਬ ਤੁਹਾਡੇ ਘਰ ਘਟ ਪੜੀਂਦੀ ਹੋਵੇ ਨਾ ਲੈ ਆਓ ਇੱਥੇ ਕੋ ਪੜ੍ਹ ਲੈ ਅੱਛਾ 90 ਸਟੂਡੈਂਟ ਆਣ ਤੇ 90 ਦੇ 90 ਕੁਰਾਨੇ ਪਾਕ ਲੈ ਆਂਦੇ ਵੀ ਆ ਉਹ ਕਿਤਾਬ ਹੈ ਜਿਹਨੂੰ ਸ਼ਨੀਲ ਦਾ ਗਿਲਾਫ ਚਾੜਿਆ ਹੋਇਆ ਸੋਹਣੀ ਉੱਤੋਂ ਤੰਦੀ ਬੱਧੀ ਹੋਈ ਹੈ ਛੰਡ ਫੂਕ ਕੇ ਤਾਂ ਸਕਨਸ ਦੇ ਉੱਤੇ ਰੱਖ ਛੜਿਆ ਹਾਏ ਹਾਏ ਤੇ ਨਾਲ ਦੱਸਿਆ ਇਹ ਕੁਰਾਨੇ ਪਾਕ ਇਹ ਕਿਤਾਬ ਹੈ ਔਰ ਇਹ ਉਹ ਕਿਤਾਬ ਹੈ ਜਿਹੜੀ ਆਖਰੀ ਕਿਤਾਬ ਹੈ ਇਸ ਤੋਂ ਬਾਅਦ ਕੋਈ ਸਾਈਫਾ ਨਹੀਂ ਕੋਈ ਕਿਤਾਬ ਨਹੀਂ कोई इलाहाम नहीं कोई मजहबी तौर पर आखरी किताब है और किताब असामी आखरी है, आखरी जो मुड़े लोड़ है, पूरी है चाह के तू उ रख छ नब्बे स्टूडेंट आने तो नब्बे कुरानी पाक उस स्कूल यार लम्मा फिक्रिया नहीं पिट के मरणी गल नहीं है असा बच्चों अंग्रेजी पाए ਹੈਲੋ ਮੇਰਾ ਜਨਵੀ ਦੀਆਂ ਅਸੀਂ ਗੱਲਾਂ 'ਤੇ ਕਰਨੇ ਆ ਕੱਲ ਕਰੋ ਤਬ ਬੋਲੀ ਕਰੋ ਮੇਰਾ ਵੀਰ ਹੋ ਹੋ ਸਕਦਾ ਕਟੀ ਗਿਆ ਮੇਰਾ ਜਨਵੀ ਦੀ ਗੱਲ 'ਤੇ ਕਰਨੇ ਆ ਅਸੀਂ ਉਸ ਸੋਹਣੀ ਦੀ ਗੱਲ 'ਤੇ ਕਰਦੇ ਆ ਜਿੱਦੀ ਖਾਤਰ ਕਾਇਨਾਤ ਤਖਲੀਕ ਕੀਤੀ ਗਈ ਜੋ ਸਾਨੂੰ ਉਸਨੇ ਜ਼ਬਤਾ ਹਯਾਤ ਦਿੱਤਾ ਜੋ ਸਾਨੂੰ ਜ਼ਬਤਾ اخلاق ਦਿੱਤਾ ਜੋ ਜ਼ਿੰਦਗੀ گزارਣ ਦੀਆਂ ਲੀਹਾਂ ਦਸੀਆਂ ਲੀਹਾਂ ਗੱਤੀਆਂ ਉਸ ਕਿਤਾਬ ਨੂੰ ਅਸਾਂ ਰੱਸਾ ਘੱਟ ਕੇ ਤੋਂ ਉੱਤੇ ਟੰਗ ਛੱਡਿਆ ਯਾਰ ਸਾਡੇ ਤੇ ਜ਼ਵਾਲ ਕਿਉਂ ਨਾ ਹੋਵੇ ਸਾਡੀ ਔਲਾਦ ਨਾ ਫਰਮਾਨ ਕਿਉਂ ਨਾ ਹੋਵੇ ਸਵੇਰੇ ਜੱਤ ਕਨ ਉਠਾਇਓ ਤੇ ਜੱਤ ਹੱਥੀ ਪਾਉਣ ਲੱਗ ਪੌਂਦੇ ਹਾਂ ਹਾ ਜੇ ਸਾਡੇ ਆਲਾ ਫਕਤ ਜਿਵੇਂ ਦਾਸਾਂ ਗੁਜ਼ਾਰਿਆ ਬਾਬੇ ਹੋਰੀ ਦੇਸੀ ਜੁੱਤੀ ਹੋਵੇ ਚਮਦੀ ਦੋ ਦਿਨ ਨ ਦਹੀਂ ਕਰਕੇ ਆਪਣੇ ਆਪ ਚਸ ਆ ਜਾਵੇ ਵਜ਼ੂ ਟੁੱਟੀ ਤੇ ਲੜਕੇ ਤੇ ਜਾ ਕੇ ਸਾ ਲਵੇ ਬੰਦਾ ਬੱਚਾ ਵਜ਼ੂ ਕਿਉਂ ਨਾ ਕਰੇ ਅੱਛਾ ਉਹ ਜਦ ਬਾਬਾ ਆਪ ਹੀ ਸੁੱਤੇ ਹੋਵੇ ਸ਼ਾਇਦ ਅੱਜ ਮੈਨੂੰ ਬੜੀ ਕੌੜ ਚੜੀ ਆਈ ਆ ਹਾਂ ਉਹ ਕਿਸ ਗੱਲ ਦੀ ਅੱਜ ਸਵੇਰੇ ਜਿਸ ਵੇਲੇ ਉੱਠਿਆ ਨਮਾਜ਼ ਪੜਨ ਵਾਸਤੇ ਬਾਰੀ ਤਾਲਾ ਮੈਂ ਕੋਈ ਵਿਡਿਆਈ ਕੋਈ ਨਹੀਂ ਮੈਂ ਸਿਰਫ ਆਪਣੀ ਡਿਊਟੀ ਦੇਣਾ ਉੱਠਣਾ ਬਤਾ ਕੇ ਮੱਥੇ ਦੇ ਅਗਰ ਨਸੀਬ ਆਏ ਨੇ ਤੇ ਸਜਦੇ ਦੇ ਵਿੱਚ ਜਾਣ ਮੈਂ ਆਪਣੇ ਕਿਜਾ ਤੱਕ ਨੂੰ ਉਠਾ ਮੈਂ ਕਿਹਾ ਉੱਠ ਕੇ ਪੁੱਤਰਾ ਅੱਛਾ ਬਾਬਾ ਮੈਂ ਬੜੇ ਥੱਕਾ ਮੈਂ ਕਿਹਾ ਅੱਛਾ ਮੈਂ ਦੋ ਦੋ ਸੁਨਤਾ ਦਾ ਕਰ ਲੈਣ ਮੈਂ ਤੇਰਾ ਥਕੇੜਾ ਲਾ ਲਈ ਉਸ ਜੱਤਕ ਸਾਹਿਬ ਨੂੰ ਆਇਆ ਨੌਕਰੀ ਤੇ ਆਇਆ ਜਗਨੂ ਸਾਹਿਬ ਦੀ ਗੱਲ ਕਰਨਾ ਅੱਛਾ ਉਹ ਮਲਾਜ਼ਮਤ ਮਾੜੀ ਚੰਗੀ ਜਿਹੜੀ ਕਰਦਾ ਨਾ ਬਾਪਾ ਬਾਪਾ ਬੜਾ ਰਾਤੀ ਬੜਾ ਲੇਟ ਆਪਣੇ ਤਾਂ ਮੈਂ ਥੱਕਾ ਨਾ ਕਾ ਚੱਟੇ ਮੈਂ ਸੁਪਤਾ ਪੜ ਲੈਣ ਦੇ ਪੁੱਤਰਾ ਮੈਂ ਥੱਕੇੜਾ ਤੇਰਾ ਲੰਨ ਮਗਰ ਉਹ ਮਾ ਆਖਿਆ ਬਜਾ ਕਾਲ ਲੈ ਲੀਏ ਸ਼ੌਜੀ ਹੈਲੋ ਹੈਲੋ ਕੀ ਜੀ ਹੈਲੋ ਜੀ ਬੋਲੋ ਹਜ਼ੂਰ ਥੋੜੇ ਜਿਹਾ ਚੇੜੜਾ ਬੋਲੋ ਆਪਣੇ ਰੇਡੀਓ ਦਾ ਆਫ ਕਰ ਦਿਓ ਇਸ ਨੂੰ ਬੰਦ ਕਰ ਦਿਓ ਜਾਂ ਆਵਾਜ਼ ਬੰਦ ਕਰ ਦਿਓ ਹੈਲੋ ਚਲੋ ਨਹੀਂ ਛੱਡੋ ਚਲੋ ਉਹ ਕੱਟਿਆ ਗਿਆ ਮਾਮਲਾ ਪਤਾ ਕੀ ਭਰਾਵਾ ਗੱਲ ਸੁਣਨਾ ਯਾਰ ਰੁਪਈਏ ਵੀ ਲਾਉਣੇ ਟਾਈਮ ਵੀ ਜਾਣੇ ਤੇ ਚਲੋ ਗੱਲ ਤਾਂ ਕੀਤੀ ਕਰੋ ਕੱਲ ਲੈ ਲਈਏ ਹੈਲੋ ਕੱਲਾ ਕੀ ਦੁਬਾਰਾ ਸਲਾਮ ਅਲੈਕੁਮ ਰਾਜਾ ਵਾਅਲੈਕੁਮ ਸਲਾਮ ਜੀ ਕੌਣ ਤੇ ਕਿੱਥੋਂ ਮੇਰਾ ਵੀਰ ਜੀ 29 ਚਾਹ ਤੁਮ ਮੇਰਾ ਕੰਮ ਸ਼ੇਅਰ ਮਿਲਵਾਸ ਜਨਾਬ ਮਲਕ ਅਹਿਮਦ ਸ਼ੇਰ ਮੰਗਵਾਲੀਆ ਸਾਹਿਬ ਤੁਹਾਨੂੰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਹ ਸਾਹਿਬ ਰਾਂਦੀ ਮੇਰਾ ਸਲਾਮ ਦੇਵਾ ਸਾਹਿਬ ਪੜਿਆ ਜੀ ਬਹੁਤ ਸ਼ੁਕਰੀਆ ਜੀ ਸੁਣ ਰਹੇ ਹਨ ਸ਼ਾਹ ਸਾਹਿਬ ਬਹੁਤ ਸ਼ੁਕਰੀਆ ਮਾਲਕ ਤੁਹਾਨੂੰ ਸਲਾਮਤ ਰੱਖੇ ਹੈਲੋ ਅਬਰ ਖਾਲੇ ਸਲਾਮ ਦੇਣੀ ਆਇਆ ਚਲੋ ਅੱਛਾ ਜੀ ਸੁਣਤਾ ਖਤਮ ਹੋਈ ਸਲਾਮਤ ਰੱਖੇ ਮੌਲਾ ਕਾਮਤ ਸ਼ੇਰ ਸੁਣਤਾ ਖਤਮ ਹੋਈਆਂ ਤਾਂ ਮੈਂ ਬਾਤ ਸਾਧ ਮਾਰਿਆ ਤੇ ਮਾਂ ਆਖੇ ਛੋਰ ਥੱਕਾ ਮੈਂ ਕਿਹਾ ਮੈਂ ਤੇਰਾ ਥਕੇੜਾ ਵੀ ਲਾ ਲੈ ਅੱਛਾ ਵਾਦੋ ਫਰਜ਼ ਅਦਾ ਕੀਤੇ ਫਰਜ਼ ਅਦਾ ਕਰਕੇ ਮੈਂ ਕਿ ਮਸੱਲੇ ਦੀ ਗੁੱਠ ਜੜੀ ਮ ਕੁੰਜੀ ਚ ਅੱਛਾ ਕੁੰਜੀ ਚ ਆਤਮਾ ਉੱਠ ਕੇ ਲੱਗ ਗਿਆ ਜਿਹੜਾ ਲੇਫਾ ਮੈਂ ਉਤੋਂ ਲਾਇਆ ਹੂੰ ਹੂੰ ਵਾਲਾ ਤੋਂ ਮਫਾਦ ਲੈ ਮੈਂ ਕਿ ਉੱਠ ਬੰਦੇ ਤੇ ਆ ਪੁੱਤਰ ਅੱਛਾ ਬਾਬਾ ਮੈਂ ਤਾਂ ਕਮਾ ਕਮਾ ਤੇ ਲਿਤਰ ਨਾਲ ਜਾਂ ਪਟ ਦੇਣੀ ਹੂੰ ਉੱਠ ਦਫਾ ਉਤਾ ਵਾਂ ਚਲ ਚਲ ਜਾ ਕੇ ਤੂੰ ਬੂਜ਼ੂ ਕਰ ਤੇ ਬੂਜ਼ੂ ਕਰ ਕੇ ਸਜਦਾ ਕਰ ਅਜੇ ਮਗਲਨ ਪੇ ਕਰਦਾ ਤੇ ਨਾਲ ਜਨਾਬ ਦੇ ਪੋਤਰਾ ਵੀ ਉੱਠ ਖਲੋਤਾ ਫੌਤ ਅੱਛਾ ਅੱਛਾ ਨਿੱਕੀ ਬੱਚੀ ਜਿਹੜੀ ਉਹ ਵੀ ਜਨਾਬ ਲੈ ਦੋ ਮੋਟ ਕੋ ਨਾ ਕਰੇ ਨਾ ਕਿ ਬਾਬਾ ਅੱਜ ਕਾਬਰੇ ਨਾ ਕਿ ਇਹ ਨਾ ਕਿ ਬਾਬਾ ਜਿਹੜਾ ਨਾ ਵਿੱਚ ਚਾਚਾ ਤੇ ਬਚ ਗਿਆ ਅੱਛਾ ਤੇ ਚਾਚੇ ਹੋਰ ਤੇ ਬਚ ਗਏ ਨਿੱਕੇ ਤਾਂ ਉਹ ਨਾ ਵਕ ਸਾਡੀ ਵਾਰੀ ਆ ਜਾਵੇ ਅੱਛਾ ਅਸਾਂ ਆਪ ਸ਼ਰੀਅਤ ਮੁਹੰਮਦੀ ਤੇ ਬੱਚਿਆਂ ਨੂੰ ਟੋਰਨਾ ਬਿਲਕੁਲ ਇੰਜੇ ਗੱਲ ਹੈ ਵੇਖੋ ਤੁਸੀਂ ਜਿਸ ਸ਼ਖਸੀਅਤ ਦੇ ਅਸੀਂ ਮੰਨਣ ਵਾਲੇ ਆ ਅੱਲਾ ਕਰੀਮ ਆਪਣੇ ਕੋਲ ਬੁਲਾਇਆ ਤੇ ਇੱਕ ਰਾਤ 18 ਸਾਲਾਂ ਦੀ ਹੋ ਗਈ 18 ਸਾਲ 360 ਦਿਹਾੜਾ ਹੁੰਦਾ ਇਨੂੰ ਜ਼ਰੂਰ ਪਿਓ ਨਾ 18 ਨਾਲ ਤੱਕ ਕਿਤਨੇ ਡੰਗ ਬਣਦੇ ਨਾ ਇੰਜ ਗੱਲ ਹੈ ਇੱਕ ਇੱਕ ਪਲ ਦੇ ਵਿੱਚ ਕਿੱਡੀ ਕਿੱਡੀ ਰਾਜ਼ੋ ਨਿਆਜ਼ ਦੀਆਂ ਗੱਲਾਂ ਆਈਆਂ ਉਸ ਬਿਲਕੁਲ ਕਿਡੀਆਂ ਮੁਹੱਬਤਾ موسی علیہ السلام ਆ ਕੇ ਬਸ ਸੁਣਾ ਸਜਣਾ ਹੋ ਕੇ ਆਇਆ ਕੀ ਬਣੀ ਅਕੇ ਜੀ 60 ਨਮਾਜ਼ਾਂ ਲਾਇਆ ਤੇ ਇਤਨੇ ਰੋਜ਼ੇ ਲਏ ਨਾ ਕਿ ਜਾ ਇੱਕ ਵਾਰੀ ਬਾਤ ਲਗਾਵਾ ਅੱਛਾ ਨਬੀ ਪਾਕ ਸਲਤ ਰਵਾਇਤਾਂ ਨੇ ਮੁxtਲਫ ਵਾਤ ਤੋਂ ਟੱਰ ਗਈ

ਇਤਨੀਆਂ ਬੜੀਆਂ ਨਹੀਂ اچھا ਤੂੰ ਹੁਣ ਕਿਉਂ ਨਾ ਤੇ ਤੇਰੀ ਉਮਤ ਵਾਸਤੇ ਅੱਲਾ ਕਰੀਮ ਆਖਿਆ ਛੋੜ ਦੇ ਛੜੜੀਆਂ ਬਿਲਕੁਲ ਤੇ ਨਾ ਤਰੱਟੀ ਚੌੜ ਕਰ ਛੜੜੀਆਂ ਯਾਰ ਅੱਜ 5 ਇੰਚ ਦੀ ਆ 5 ਇੰਚ ਤੇ ਅਸੀਂ 5 ਇੰਚ ਪੱਕਰਦੇ ਆ ਯਾਰ ਅਸੀਂ ਆਦੇ ਆ ਕਿ ਅਸੀਂ ਉਸ ਤੇ ਮੰਨਣ ਵਾਲੇ ਆ ਇੰਜੇ ਗੱਲ ਲਿਆਜ਼ਾ ਅੱਜ ਰੁੜੀਆਂ ਬੇਰਾਂ ਦਾ ਕੁਝ ਨਹੀਂ ਗਿਆ ਰਾਜ ਰੁੜੀਆਂ ਬੇਰਾਂ ਦਾ ਕੁਝ ਨਹੀਂ ਕਿਹਾ ਕੁਝ ਨਹੀਂ ਕਿਹਾ ਅਜੇ ਵੀ ਇਕੱਠੇ ਕਰ ਲਵੀਏ ਤੇ ਬੰਦੇ ਆਈਏ ਇੰਜ ਗੱਲ ਯਾਰ ਸਵਾਦ ਤਾਂ ਹੈ ਕਿ ਅਸੀਂ ਸੱਜੇ ਨਾਲ ਦੇ ਵੀ ਇਹ ਤੇ ਖੱਬੇ ਨੂੰ ਪਤਾ ਨਾ ਲੱਗੇ ਸਾਡੀ اخਲਾਕੀਅਤ ਜਿਹੜੀ ਹੈ ਨਾ ਸਾਡਾ ਦੁਬਾਰਾ ਤਾਮੀਰ ਹੋਣ ਵਾਲੀਆਂ ਗੱਲਾਂ ਨੇ ਇਹ ਝੁਗੇ ਜਿਹੜੇ ਨਾ ਸਾਡੇ ਜ਼ਿਹਨੀ ਅਸੀਂ ਪਸਤੋਂਦੇ ਬੈਨੇ ਆ ਅਸੀਂ ਵੈਸੇ ਤੇ ਨਾ ਜਨਾਬੇ ਅਲਾ ਮੂਮਿਨ ਛਾ ਹੈ ਹੋ ਸਕਦਾ ਕਾ ਮੁਨਾਫਕਤੋ ਵੀ ਕਮ ਉੱਤੇ ਚੜ ਬਣੀ ਕਰੀਮ ਮਾਲਕ ਸ਼ਾ ਅਲਾ ਮਾਫ ਕਰੇ ਸਾਡਾ ਕੰਮ ਹੋਵੇ ਹੋਰ ਕੁਝ ਨਹੀਂ ਤੇ ਸਾਡੇ ਆਪਣੀ اولاد ਜਿਹੜੀ ਉਹਨਾਂ ਨੂੰ ਅਸਾਂ ਇੱਕ ਚੰਗਾ ਮੁਸਲਮਾਨ ਤਾਂ ਜੇ ਕੱਲ ਸਤਕਾ ਜਾਰੀਆ ਹੁੰਦੀ اولاد ਬਿਲਕੁਲ ਇਹ ਜੀ ਗੱਲ ਹੈ ਜੀ ਔਰ ਰਾਤੀ ਕਾਲ ਆਈ ਜਾਂਦੀ ਜੀ ਕਾਲੇ ਲੱਭੋ ਹੈਲੋ ਜੇ ਸਲਾਮ ਅਲੈਕੁਮ ਵਾਲੇਕੁਮ ਸਲਾਮ ਜੀ ਕੌਣ ਤੇ ਕਿੱਥੋਂ ਜੀ ભાઈ અમનશીરમાન પેટી ચખ બોલતો પંજી ਤੁਹਾਡਾ ਪ੍ਰੋਗਰਾਮ ਬੜੇ ਸ਼ੌਂਕ ਨਾਲ ਸੁਣ ਰਿਹਾ ਬੜੇ વર્ષੇ ਤੋਂ ਲੇਕਿਨ ਕਾਲ પહેલી ਵਾਰ ਕਰ ਰਹੇ ਸਤਿ ਸ਼੍ਰੀ ਅਕਾਲ ਜਨਾਬ ਜੀ ਆਇਆਂ ਨੂੰ ਜਨਾਬ ਜੀ ਆਇਆਂ ਨੂੰ ਜੀ ਜੀ ਪਰ ਸੁਣਾ ਨਾਲੇ तमाम ਦੋਸਤਾਂ ਨੂੰ ਸलाम ਜੀ ਬਹੁਤ ਸ਼ੁਕਰੀਆ ਜੋਬਾ ਬਸਤ ਬਹੁਤ ਮਿਹਰਬਾਨੀ ਜੀ ਬੜੀ ਮਿਹਰਬਾਨੀ અમຸດ ਸ਼ੇਰ ਸਾਹਿਬ 33 44 ਤੋਂ ਤੁਹਾਡਾ ਪ੍ਰੋਗਰਾਮ ਹੋਰ ਹੀ ਜ਼ਰਤ ਦੇ ਆਮੀਨ ਆਮੀਨ ਅੱਲਾਹ ਪਾਕ ਤੁਹਾਨੂੰ ਇਸ ਤਰ੍ਹਾਂ ਦੇਵੇ ਅੱਲਾਹ ਤੁਹਾਡੀ ਉਮਰ ਦਰਾਸ કરે ਬੜੀ ਮਿਹਰਬਾਨੀ ਜਨਾਬ راتی کال ਆਈਆ ਇਹਨੇ ਕੇ ਬਾਬਾ ਜੀ ਸੁਣਦੇ ਹੁੰਦੇ ਆਸੇ ਕਿ ਜੇ ਕੋ ਪੁੱਛੇ ਇਮਾਨ ਦੀ ਸਫਤਾ ਕੀਤੀ ਹੈ ਤੂੰ ਆਖੀਂ ਦੋ ਜੇ ਕੋ ਪੁੱਛੇ ਕਿ ਕਲਮੇ ਕਿਤਨੇ ਹਨ ਤੂੰ ਆਖੀਂ ਛੇ ਜੇ ਕੋ ਪੁੱਛੇ ਰੋਜ਼ੇ ਕਿਤਨੇ ਹਨ ਤੂੰ ਆਖੀਂ ਤਤਰੀ ਐਸ ਵੇਲੇ ਸਾਨੂੰ ਦੁਬਾਰਾ ਉਸ ਪੱਕੀ ਰੋਟੀ ਦੀ ਲੋੜ ਪੱਕੀ ਰੋਟੀ ਦੀ ਜ਼ਰੂਰਤ ਹੈ ਉਹ ਪੱਕੀ ਰੋਟੀ ਦੀ ਲੋੜ ਹੈ ਤੇ ਗੱਲ ਇਹ ਕਿ ਬੇਵਿਲਾ ਵੀ ਨੇੜੇ ਜਾ ਰੰਦਾ ਜਾਂਦਾ ਤੇ ਸ਼ਾਇਰ ਹੁੰਦਾ ਨੇ ਜਿਹੜਾ ਉਹ ਆਪਣੀ ਮੁਹੱਬਤ ਤੇ ਮੁਖਤਲਫ ਜ਼ਾਵੀਏ ਨਾਲ ਕਰਦਾ ਗ਼ਜ਼ਲ ਤੇ ਨਾਤ ਦੀ ਮਤਲਬ ਤੁਹਾਨੂੰ ਵੰਡ ਕਰਕੇ ਅੱਜ ਦੱਸਾਂ ਜੀ ਬismillah ਜਨਾਬ ਗਜ਼ਲ ਔਰ ਨਾਤ ਇੱਕੋ ਵਜ਼ਨ ਹੁੰਦਾ ਆ ਇੱਕੋ ਬਹਿਰ ਹੁੰਦੀ ਹੈ ਖਾ ਛੋਟੀ ਬਹਿਰ ਹੋਵੇ ਤੇ ਖਾ ਵੱਡੀ ਬਹਿਰ ਬਿਲਕੁਲ ਖਾ ਚਾਰ ਫੇਲਨ ਹੋਣ ਤੇ ਖਾ ਪੰਜ ਫੇਲਨ ਹੋਣ ਖਾ ਪੰਜ ਫੇਲਨ ਖਾ 6 ਫੇਲਨ ਹੋ ਜਾਣ ਅੱਛਾ ਬਹਿਰ ਇੱਕੋ ਹੈ ਲੇਕਿਨ ਮਹਿਬੂਬ ਜਿਹੜਾ ਨਾ ਉਸ ਦੇ ਤਸਵਰ ਤੇ ਜਾ ਕੇ ਥੋੜੀ ਜਿਹੀ ਇੱਕ ਰੂਹਾਨੀਅਤ ਹੋ ਜਾਂਦੀ ਆ ਇੱਕ ਦੁਨੀਆਦਾਰੀ ਜਦੋਂ ਮੇਰੇ ਨਬੀ ਦੀ ਤਾਰੀਫ ਲਿਖੀ ਬਣ ਜੇ ਤੋ ਨਾਤ ਹੋ ਜਾਂਦੀ ਤੇ ਜੇ ਤੁਸੀਂ ਕਿਸੇ ਆਪਣੀ ਦੁਨੀਆਵੀ ਮਸਲੇ ਦਾ ਜ਼ਿਕਰ ਕਰਦੇ ਹੋ ਤੇ ਉਹ ਗਜ਼ਲ ਉਹ ਕਿਸੇ صنਫ ਵਿੱਚ ਲਿਖ ਲਓ ਤੁਸੀਂ ਗਜ਼ਲ ਦੀ صنਫ ਵਿੱਚ ਲਿਖ ਲਓ ਮਤਲਬ ਤੋ ਉਹ ਜਦੋਂ ਤਾਰੀਫ ਤੁਸੀਂ ਆਪਣੇ ਨਬੀ ਦੀ ਛੇੜਨੀ ਹੈ ਨਾ ਤੋ ਨਾਤ ਸੋ ਗਜ਼ਲ اور ਨਾਤ ਦਾ ਫਰਕ ਸਿਰਫ ਇੱਕ ਹੈ ਬਈ ਨਾ ਤੁਸੀਂ ਤੁਹਾਡਾ ਤਸਵਰ ਤਬਦੀਲ ਹੋਣਾ ਤੇ ਤੁਸੀਂ ਵੀ ਅਦੀਬ ਹੋ ਅਗਰ ਕੋਈ ਬਾਗਾਇਰ ਰਸਾਲਤ ਤੇ حاضਰੀ ਲਵਾਈ ਹੋਏ ਤੋ ਦੋ ਸ਼ੇਰ ਬਿਲਕੁਲ ਜ਼ਰੂਰੀ ਸ਼ਾਜੀ ਹਾਜ਼ਰੀ ਆਈ ਸਾਡੀ

बना के मन ने के इंज का हुसनो जमाल बन दाए वा, वा, वा. खुद खुदा भी बना के मन ने के इंज का हुसनो जमाल बन दाए जिस दा रब नाल रात हिक दा जिस दा रब नाल रात हिक दा अठारह साला विसाल बन दाए वा. जिस दा रब नाल रात हिक दा 18 ਸਾਲਾਂ ਵਿਸਾਲ ਬਣਦਾ ਹੈ ਰੱਬ ਦੀ ਤਰਫੋਂ ਜਹਾਂ ਤੇ ਕਮ ਬੇਸ਼ ਸਵਾ ਲੱਖ ਤਾਈ ਪੈਗੰਬਰ ਆਏ ਹਨ ਇਹ ਖੁਸ਼ ਨਸੀਬੀ ਹੈ ਰਾਜ ਸਾਡੀ ਸਲਾਰ ਆਮਨਾ ਦਲਾਲ ਬਣਦਾ ਹੈ ਜਜ਼ਾਕੱਲਾ ਜਜ਼ਾਕੱਲਾ ਇਹ ਖੁਸ਼ ਨਸੀਬੀ ਹੈ ਰਾਜ ਸਾਡੀ ਸਲਾਰ ਆਮਨਾ ਦਲਾਲ ਬਣਦਾ ਹੈ ਵਾ 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 ਮੈਂ ਆਪਣੀ ਹਾਜ਼ਰੀ ਲਾ ਇੱਕ ਬੈਤ ਹੈ ਜੀ ਬਿਸਮਿਲਲਾ ਅਰ ਉਸ ਤੋਂ ਬਾਅਦ ਨਾਦ ਦੇ ਦੋਸ਼ੇ ਕਿ ਮੈਂ ਸਾ ਸਾ ਨਾਲ ਲਈ ਮੂਮਿਨ ਜੀ ਜੀ ਮੈਂ ਸਾ ਸਾ ਨਾਲੇ ਮੂਮਿਨ ਦੁਆਈ ਮੰਗਦਾ ਰਹਿਣਾ ਹਾਂ ਮੈਂ ਸਾ ਸਾ ਨਾਲੇ ਮੂਮਿਨ ਦੁਆਈ ਮੰਗਦਾ ਰਹਿਣਾ ਹਾਂ ਜਿੱਥੇ ਸਾਵਾ ਦੀ ਜੰਗ ਹਾਰਾਂ ਗਲੀ ਹੋਵੇ ਮਦੀਨੇ ਦੀ ਵਾ 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 ਸ਼ਾਹ ਜੀ ਵਾ ਜਿੱਥੇ ਸਾਵਾ ਦੀ ਜੰਗ ਹਾਰਾਂ ਗਲੀ ਹੋਵੇ ਮਦੀਨੇ ਦੀ ਨਦ ਦੋ ਸ਼ਿਰ ਵੇਖਿਓ ਕਿ ਕਾਬੇ ਨਹੀਂ ਯਜ਼ਦਾਨ ਮਦੀਨੇ ਵਾ ਵਾ ਕਾਬੇ ਨਹੀਂ ਸੁਭਾਨ ਅੱਲਾ ਯਜ਼ਦਾਨ ਮਦੀਨੇ ਸੋਹਣੇ ਦੀ ਕਿਆ ਸ਼ਾਨ ਮਦੀਨੇ ਤੇ ਮੇਰੇ ਵਰਗੇ ਹਰ ਦਰਦੀ ਦੇ ਹਮ ਮੇਰੇ ਵਰਗੇ ਹਰ ਦਰਦੀ ਦੇ ਦਰਦਾਂ ਦਾ ਦਰਮਾਨ ਮਦੀਨੇ ਆਏ ਆਏ ਮੇਰੇ ਵਰਗੇ ਹਰ ਦਰਦੀ ਦੇ ਦਰਦਾਂ ਦਾ ਦਰਮਾਨ ਮਦੀਨੇ ਤੇ ਮਕਤਾ ਵੇਖੋ ਕਿ ਜਿੱਥੇ ਮੂਮਿਨ ਦਫਨ ਮੈਂ ਹੋਵਾ ਹਮ ਜਿੱਥੇ ਮੂਮਿਨ ਦਫਨ ਮੈਂ ਹੋਵਾ ਉਹ ਹੋਵੇ ਗੁਸਤਾਨ ਮਦੀਨੇ ਵਾ 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 ਜਿੱਥੇ ਮੌਮਨ ਦਫਨ ਮੈਂ ਹੋਵਾ ਉਹ ਹੋਵੇ ਗੁਸਤਾਨ ਮਦੀਨੇ ਕਾਬੇ ਨਹੀਂ ਯਸਦਾਨ ਮਦੀਨੇ ਸੋਹਣੇ ਦੀ ਹਰ ਸ਼ਾਨ ਮਦੀਨੇ ਕਾਬੇ ਨਹੀਂ ਯਸਦਾਨ ਮਦੀਨੇ ਅੱਛਾ ਉਹ ਆਇਸ਼ਾ ਜੀ ਮੁਹੰਮਦ ਖਾਨ ਨਾਸਰ ਉਹਦੇ ਇੱਕ ਬੋਲੀਏ ਕਿ ਕਦੀ ਘੱਤੇ ਨੇ ਤੂੰ ਪਖੂ ਨੂੰ ਭੋਰੇ ਕਦੀ ਘੱਤੇ ਨੇ ਤੂੰ ਪੱਖੂਆਂ ਨੂੰ ਪੱਖੂਆਂ ਨੂੰ ਭੋਰੇ ਤੇ ਪੋਟਿਆਂ ਤੇ ਰੱਬ ਗਿਣਨਾ ਆਹਾ ਵਾ ਵਾ ਮੈਂ ਇੱਕ ਇੱਕ ਦੋਸਤ ਮੇਰਾ ਇੱਕ ਦੋਸਤ ਜੀ ਉਮਰਾ ਕਰਕੇ ਆਇਆ ਤੇ ਮੈਂ ਉਹਨੂੰ ਮਿਲਿਆ ਤੇ ਬੇਸਖਤਾ ਮੈਨੂੰ ਇੱਕ ਗੱਲ ਜੈਨੇ ਚ ਆ ਗਈ ਬੋਲੀ ਆਈ ਕਿ ਤੇਰੇ ਨੈਣਾ ਤੋਂ ਕਸਦਾ ਵਾਰੀ ਆਹਾ ਤੇਰੇ ਨੈਣਾ ਤੋਂ ਕਸਦਾ ਵਾਰੀ ਇਹਨਾਂ ਨੇ ਮੇਰਾ ਯਾਰ ਵੇਖਿਆ ਹਾਏ ਹਾਏ ਮਦੀਨੇ ਵਾਲੇ ਨੂੰ ਵੇਖਿਆ ਇਹਨਾਂ ਨੇ ਮੇਰਾ ਯਾਰ ਵੇਖਿਆ ਅੱਛਾ ਸ਼ਾਹ ਜੀ ਮੈਂ ਇੱਕ ਆਖਿਰ ਤੇ ਜਿਹੜਾ ਨਾ ਜੀ ਦੁਆ ਇੱਕ ਪੇਸ਼ ਕਰ ਰਿਹਾ ਹਾਂ ਕਿ ਮੇਰੇ ਅੱਲਾ ਤੇਰੇ ਤੇ ਤਕਵੇਂ ਤੂੰ ਰਹਿਮਤਾਂ ਦੀ ਬਹਾਰ ਰੱਖੀ ਆਮੀਨ ਆਮੀਨ ਔਰ ਅੱਜ ਦੇ ਹਵਾਲੇ ਨਾਲ ਮਹਰਾਜੁਲ ਨਬੀ ਦਾ ਦਿਨ ਨੇ ਅੱਜ ਤੇ ਜੀ ਜੀ ਕਿ ਮੇਰੇ ਅੱਲਾ ਤੇਰੇ ਤੇ ਤਕਵੇਂ ਤੂੰ ਰਹਿਮਤਾਂ ਦੀ ਬਹਾਰ ਰੱਖੀ ਆਮੀਨ ਆਮੀਨ ਮੈਂ ਕੋਈ ਨਾ ਤੇਰੇ ਹਿਸਾਬਾ ਜੋਗਾ ਤੂੰ ਅਮਲਾਂ ਦਾ ਨਾ ਸ਼ੁਮਾਰ ਰੱਖੀ ਮਾਸ਼ਾਅੱਲਾ ਮਾਸ਼ਾਅੱਲਾ मेरे अल्लाह तेरे ते तकवे तू रहमतां दी बहार रखी मैं कोई ना तेरे हिसाब जोगा तू अमल ना शुमार रखी क्योंकि बदमाली दे राह ते के मैं चंगे अमला तू थुड़िया बैठा बदमाली दे राह ते टुर के मैं चंगे अमला तू थुड़िया बैठा ਉਬਖਸ਼ਨਹਾਰਾ ਮੇਰੀ ਵੀ ਬਖਸ਼ਿਸ਼ ਦੀ ਆਪਣੇ ਹੱਥੇ 'ਚ ਮੁਹਾਰ ਰੱਖੀ ਆਮੀਨ 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 ਉਬਖਸ਼ਨਹਾਰਾ ਮੇਰੀ ਵੀ ਬਖਸ਼ਿਸ਼ ਦੀ ਆਪਣੇ ਹੱਥੇ 'ਚ ਮੁਹਾਰ ਰੱਖੀ ਤੇ ਸ਼ੇਰ ਵੇਖਣਾ ਜੋ ਦਿੱਤਾ ਹੀ ਸੋਹਣੇ ਦੀ ਉਮਤ ਅੱਲਾ ਇਹਸਾਸ ਵੀ ਬਰਕਰਾਰ ਰੱਖੀ ਆਮੀਨ 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 ਵਾ ਵਾ ਜੋ ਦਿੱਤਾ ਹੀ ਸੋਹਣੇ ਦੀ ਉਮਤ ਅੱਲਾ ਹਾਂ ਇਹਸਾਸ ਵੀ ਬਰਕਰਾਰ ਰੱਖੀ ਮੈਂ ਫੁੱਟ ਕੇ ਉਮਤ ਤੂ ਡੋਬ ਨਾ ਜਾਵਾ ਤੂ ਹਰ ਗ਼ਜ਼ਬ ਦਾ ਨਾ ਤਾਰ ਰੱਖੀ ਆਮੀਨ ਆਮੀਨ मैं फुट के उमत तू डुब न जावा तू हर हजबारखी और पारू तू कहीं जहनती सोचा ते जहन मेरिश तू कैम हक दीवार रखी शेतानी सोचा ते जहन मेरिश तू कैम हक दीवार रखी दीन दे रखी नबी दे रोजे द्यार रखी

ਸਮਾ ਸਾਡੇ ਕੋਲ ਥੋੜਾ ਜਿਆ ਰਿਆ ਗਿਆ ਇੱਕ ਬੱਚੀ ਰਾਤੀ ਮੈਂ ਪ੍ਰੋਗਰਾਮ ਤੋਂ ਜਾ ਰਹੇ ਹਾਂ ਤੇ ਪਿਓ ਆਪਣੀ ਤੀਨ ਨੂੰ ਮੋਟਰਸਾਈਕਲ ਦਾ ਵਲ ਸਿਖਾ ਰਿਹਾ ਅੱਛਾ ਮਾਸ਼ਾਅੱਲਾ ਮਬੱਚੀ ਡਰਾਈਵਿੰਗ ਕਰਦੀ ਪਈ ਆਈ ਤੇ ਉਹ ਕਪੜਾ ਹੋਣ ਲੱਗਾ ਤੇ ਮੈਨੂੰ ਉਹ ਨਹੀਂ ਮਹਿਸੂਸ ਹੋਇਆ ਬਈ ਕੁੜੀ ਹੈ ਜਮ ਮੈਂ ਪੁੱਤਰ ਕਪੜਾ ਚਾਹ ਲੈ ਅੱਛਾ ਅਸੀਂ ਬਾਬਾ ਜੀ ਤੁਸੀਂ ਬੋਮਨ ਸ਼ਾਹ ਮੈਂ ਕਹਾਂ ਪੁੱਤਰ ਮੈਂ ਬੋਮਨ ਸ਼ਾਹ ਅੱਛਾ ਕਿ ਅੱਛਾ ਮੇਰਾ ਤੁਸੀਂ ਜ਼ਿਕਰ ਜ਼ਰੂਰ ਕਰਨਾ ਮੈਂ ਸ਼ਾਬਾਸ਼ ਦੇਣਾ ਉਸ ਪਿਓ ਨੂੰ ਜਿਨੇ ਆਪਣੀ ਔਲਾਦ ਨੂੰ ਸੰਭਾਲਿਆ ਇਸ ਦੁਆ ਨਾਲ ਜਿਹੜੀ ਅੱਜ ਮੇਰੀ ਖਾਸ ਦੁਆ ਹੈ ਕਿ ਕਰੀਮ ਮਾਲਕ ਸਾਡ ਨੂੰ ਇਹ ਸੋ आज तो ऐसी एक नई सोच लेके मेरा जो नबी दा सदका उम्मत मुसलमान वास्ते के अल्लाह करीम साडिया सोचा सुभान आमीन आमीन और सारी दोस्तों आज तो आडे नाम अनाउंस नहीं हो सके इंशा अल्लाह कल लिए लिए कल तफसीलन तो आडे नाम अनाउंस हो सीन जी वेला खत्म हो गया पाकिस्तान जिंदाबाद